एशिया टीवी ते आप सब दा स्वागत है जी। ते मैं थोड़ा होस्ट नरेंद्र जी सिंह हीर प्रोग्राम गलबात लैके हाजिर हाँ। तो रोजाना जी तरह मेरे नाल स्टूडियो चंद शामिल जसजीत सिंह जी धामी। धामी साहब जी बहुत स्वागत है जी थोड़ा। बहुत मेहरबानी भाजी। किदा रहा वीकेंड? बहुत वधिया सीगा जी। काफ़ी सरकार में रह लगता? हाँ जी हाँ जी बिल्कुल जी। सरगर्मियाँ तो फिर तुम्हें पता ही चेहरे तो पता लग जाता ना भी बंदा फिर तो रखिया लगता नहीं। हाँ जी चेहरे तुरे ची सके जी। हाँ मैंने लग जो बंदा फिर तुर के रवे ना ना कम कुम का ना जोर हो पे। हाँ जी फिर बंदा इतने फुल वांगू खड़िया रहे। बिल्कुल जी बिल्कुल ठीक है। नहीं बिल्कुल ये तो गल बिल्कुल सही है। होर थोड़ा किदा रहा जी? मैं बहुत वधिया रहा जी। बिजी बहुत खट्टिया मिठिया वीकेंड दियाँ क्योंकि बहुत तरह के लोगों का वाह भी पैंता। हाँ जी हाँ जी बिल्कुल। कई तरह के लोग नवे नवे मिलते हैं। बिल्कुल जी। ते हर एक की अपनी सोच होंगी है। बिल्कुल ठीक नहीं पर चलो परमात्मा मेहर करे कम्युनिटी दे विच एकता बनिया रहे सारा कुछ वधिया होवे। बिल्कुल जी बिल्कुल सब तो वड्डी तां इही है जी परमात्मा अगे अरदास के हर बंदा जिहड़ा अपने घर तंदुरुस्त ते खुश रहे। बिल्कुल जी बिल्कुल परमात्मा अगे अरदास करदे आ भाई सारे तंदुरुस्त रहो। सो हुण आपां खबरसार शुरू करिए। करो जी चक दिओ फटे आउण दिओ। सो ਤਾਂ ਸਾਹਿਬ ਪੰਜਾਬ 'ਚ ਕਿਸਾਨ ਅੰਦੋਲਨ 'ਚ ਕਰੀਬ ਜਿਹੜੀ ਭਾਜਪਾ ਹੈਗੀ ਆ ਉਹਨਾਂ ਨੂੰ ਪੰਜਾਬ 'ਚ ਬਹੁਤ ਵੱਡਾ ਝਟਕਾ ਲੱਗਾ ਜੀ ਉਹ ਕੀ ਆ? ਭਾਅ ਜੀ ਤੁਹਾਨੂੰ ਪਤਾ ਹੀ ਆ ਵੀ ਹੁਣ ਮੋਦੀ ਸਾਹਿਬ ਐਸਲੇ ਅੜੇ ਪਏ ਆ। ਹਾਂਜੀ ਹਾਂਜੀ ਬਿਨਾਂ ਵਜ੍ਹਾ ਨਾ। ਹਾਂਜੀ ਕਿਉਂਕਿ ਹੁਣ ਤਾਂ ਪਿੱਟ ਸਿਆਪਾ ਬਹੁਤ ਹੋ ਰਿਹਾ ਬੈਰੀਅਰ ਦੇ ਉੱਤੇ ਤੁਸੀਂ ਦੇਖਿਆ ਹੋਣਾ ਹੈ ਨਾ। ਹਾਂਜੀ ਜਿਹੜਾ ਸਿੰਘੂ ਬੈਰੀਅਰ ਆ ਉਹਦੇ 'ਤੇ ਉੱਥੇ ਮਤਾਮਾ ਨੇ ਹੁਣ ਤਾਂ ਸਿਆਪਾ ਇੰਨਾ ਕੀਤਾ ਬਜ਼ੁਰਗਾਂ ਨੇ ਨਾ ਠੀਕ ਹੈ ਹਰੇ ਰੰਗ ਦੇ ਦੁਪੱਟੇ ਲੈ ਕੇ ਠੀਕ ਹੈ ਅਤੇ ਹੁਣ ਗੱਲ ਇਹ ਆ ਵੀ ਪਤਾ ਨਹੀਂ ਹੁਣ ਉਹ ਕਿਹੜੀ ਗੱਲਬਾਤ ਦੇ ਵਿੱਚ ਫਸੇ ਪਏ ਆ ਜਿਹਦੇ ਕਰਕੇ ਇਹ ਆ ਹੁਣ ਉਹਦਾ ਦਰਦ ਜਿਹੜਾ ਨਾ ਪੰਜਾਬ ਦੇ ਵਿੱਚ ਜ਼ਿਆਦਾ ਉੱਠ ਰਿਹਾ ਇਸ ਲਈ। ਹਾਂਜੀ ਪੰਜਾਬ ਤੋਂ ਜਿਹੜੇ ਕੁਛ ਭਾਜਪਾ ਨੇ ਅਹੁਦੇਦਾਰ ਬਣਾਏ ਆ ਹਾਂਜੀ ਉਹ ਹੁਣ ਅਸਤੀਫੇ ਦੇਣ ਲੱਗ ਪਿਆ ਭਾਜੀ ਦੇਣੇ ਪੈਣੇ ਭਾਜੀ ਜੇ ਹੁਣ ਆਪਾਂ ਵੱਖ ਵੱਖ ਦੀ ਗਿਣਤੀ ਕਰੀਏ। ਹਾਂਜੀ ਤਾਂ ਥੋੜ੍ਹਾ ਜਿਹਾ ਇਹ ਇੱਦਾਂ ਮਹਿਸੂਸ ਹੋਊਗਾ ਵੀ ਪਤਾ ਨਹੀਂ ਕਿੰਨੇ ਕੁ ਹੋਣਗੇ। ਠੀਕ ਹੈ ਜੀ ਠੀਕ ਹੈ ਨਾ ਆਪਾਂ ਇਹ ਮੈਂ ਗਿਣਤੀ ਨਹੀਂ ਕਿਸੇ ਦੱਸਣੀ ਨਹੀਂ ਚਾਹੁੰਦਾ ਪਰ ਲੋਕ ਜ਼ਰੂਰ ਪੜ੍ਹਦੇ ਹੋਣਗੇ ਰੋਜ਼ ਉਹਨਾਂ ਨੂੰ ਵੀ ਪਤਾ ਹੀ ਆ। ਬਿਲਕੁਲ ਜੀ ਬਿਲਕੁਲ ਕਿਉਂਕਿ ਕੋਈ ਛੋਟੇ ਲੈਵਲ ਦੇ ਕੋਈ ਵੱਡੇ ਲੈਵਲ ਦੇ ਸਾਰੇ ਹੀ ਇਸ ਲਈ ਹੈਗੇ ਤਾਂ ਦੁਖੀ ਆ। ਤੁਹਾਨੂੰ ਰੋਜ਼ ਆਪਾਂ ਉਹਨਾਂ ਲੋਕਾਂ 'ਚ ਬਹਿਣਾ ਉੱਠਣਾ ਅਤੇ ਆਪਾਂ ਉਹਨਾਂ ਨੂੰ ਜਵਾਬ ਦੇ ਵੀ ਹੋਣਾ। ਹਾਂ ਬਿਲਕੁਲ ਜੀ ਪਰ ਭਾਜਪਾ ਨੂੰ ਹਜੇ ਵੀ ਭਾਅ ਜੀ ਕੋਈ ਐਡਾ ਅਸਰ ਨਹੀਂ ਪੈ ਹੋ ਰਿਹਾ ਵੀ ਪਤਾ ਨਹੀਂ ਉਹ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦੇ ਹਿੰਦੁਸਤਾਨ 'ਚ ਹੁਣ ਛੱਡ ਕੇ ਜਾਣਾ ਚਾਹੁੰਦੇ ਆ ਜਾਂ ਕਿਵੇਂ ਹੈ ਨਾ। ਇੱਦਾਂ ਜੀ ਉਹਨਾਂ ਨੂੰ ਲੱਗਦਾ ਕਿ ਪੰਜਾਬ ਜੇ ਅਸੀਂ ਪੰਜਾਬ 'ਚ ਨਹੀਂ ਵੀ ਸਾਡੀ ਸਰਕਾਰ ਬਣਦੀ ਜਾਂ ਸਾਨੂੰ ਨਹੀਂ ਵੀ ਕੋਈ ਸੀਟ ਮਿਲਦੀ ਹਾਂਜੀ ਤਾਂ ਉਹਨਾਂ ਕੋਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਸੋਚ ਆ ਵੀ ਕੋਈ ਬੜਾ ਫਰਕ ਨਹੀਂ ਪੈਣਾ। ਪਰ ਜਿਸ ਹਿਸਾਬ ਦੇ ਨਾਲ ਲੋਕ ਉਹਨਾਂ ਦੇ ਹੁਣ ਵਿਰੁੱਧ ਹੋਏ ਆ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਾਂ ਕਿਤੇ ਕੁਛ ਵੀ ਨਹੀਂ ਲੱਭਣਾ ਜਿਸ ਹਿਸਾਬ ਨਾਲ ਪੂਰੇ ਇੰਡੀਆ 'ਚ ਜਿਸ ਜਿਹੜਾ ਸਰਗਰਮ ਹੋਇਆ ਜੀ। ਬਿਲਕੁਲ ਜੀ ਬਾਕੀ ਸਟੇਟਾਂ ਵੀ ਹੈ ਨਾ। ਹਾਂਜੀ 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 ਉੱਥੇ ਵੀ ਹੁਣ ਕਿਸਾਨ ਤਾਂ ਹੈਗੇ ਹੀ ਆ। ਬਿਲਕੁਲ ਕਈ ਸਟੇਟਾਂ 'ਚ ਤਾਂ ਕਿਸਾਨਾਂ ਨੂੰ ਪਤਾ ਹੀ ਨਹੀਂ ਸੀ ਵੀ ਗੌਰਮੈਂਟ ਦਿੰਦੀ ਕੀ ਆ ਸਾਡੇ ਕੋਲੋਂ ਤਾਂ ਸਾਡੇ ਤੋਂ ਸਭ ਕੁਛ ਲਈ ਜਾਂਦੀ ਆ। ਹਾਂਜੀ ਉਹਨਾਂ ਨੂੰ ਹੁਣ ਗਿਆਨ ਹੋਇਆ ਬਿਲਕੁਲ ਵੀ ਸਾਡਾ ਕੀ ਹੱਕ ਵਾ। ਬਾਕੀ ਤੁਹਾਡੀ ਗੱਲ ਸਹੀ ਹੈ ਕਈ ਸਟੇਟਸ ਦੇ ਵਿੱਚ ਇਹ ਲਾਗੂ ਕੀਤਾ ਸੀਗਾ ਪਰ ਉਹ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ। ਪਤਾ ਨਹੀਂ ਸੀ ਉਹਨਾਂ ਨੂੰ ਪਤਾ ਹੀ ਹੋਣ ਲੱਗਿਆ ਜਦੋਂ ਰੌਲਾ ਪਾਇਆ। ਹਾਂ ਬਿਲਕੁਲ ਜੀ ਬਿਲਕੁਲ ਵੀ ਭਾਈ ਆਪਣੇ ਹੱਕ ਜਿਹੜੇ ਉਹਨਾਂ ਦੀ ਰਾਖੀ ਲਈ ਆਵਾਜ਼ ਉਠਾਓ। ਬਿਲਕੁਲ ਜੀ ਬਿਲਕੁਲ। ਤੇ ਹਾਂਜੀ ਹੁਣ ਗੱਲ ਕਰਦੇ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਖਤ ਲਿਖਿਆ ਜੀ। ਬਿਲਕੁਲ ਜਿਹੜਾ ਖੇਤੀ ਐਕਟਾਂ ਨੂੰ ਰੱਦ ਕਰੋ ਜੀ। ਹਾਂ ਬਿਲਕੁਲ ਜੀ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ ਪ੍ਰਕਾਸ਼ ਸਿੰਘ ਬਾਦਲ ਹੁਣ ਹਾਂਜੀ ਤਜਰਬਾ ਵੀ ਆ। ਬਿਲਕੁਲ ਜੀ ਇੱਕ ਵੱਡੀ ਗੱਲ ਆ ਵੀ ਖੇਤੀਬਾੜੀ ਵਾਲੇ ਆ। ਹਾਂਜੀ ਕਿਉਂਕਿ ਪਿੱਛੇ ਖੇਤੀਬਾੜੀ 'ਚੋਂ ਹੀ ਉੱਠ ਕੇ ਪੰਚਾਇਤ ਸੰਮਤੀ ਸਰਪੰਚ ਬਣਨ ਤੋਂ ਬਾਅਦ ਹੀ ਫਿਰ MLA ਬਣੇ ਸੀ। ਹਾਂਜੀ ਉਹਨਾਂ ਨੇ ਹੁਣ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਪੱਤਰ ਲਿਖਿਆ ਸਮਝ ਲਓ ਠੀਕ ਹੈ ਜਿਹੜਾ ਪੱਤਰ ਲਿਖ ਕੇ ਕਿਹਾ ਹਾਂਜੀ ਵੀ ਤੁਰੰਤ ਜਿਹੜੇ ਇਹ ਬਿੱਲ ਆ ਜਿਹੜੇ ਹਾਂਜੀ ਇਹਨਾਂ ਨੂੰ ਤੁਸੀਂ ਰੱਦ ਕਰ ਦਿਓ ਤਾਂ ਜੋ ਜਿਹੜੇ ਕਿਸਾਨ ਇਸ ਵੇਲੇ ਸਰਦੀ ਦੇ ਸਮੇਂ ਦੇ ਵਿੱਚ ਸੜਕਾਂ 'ਤੇ ਬੇਰਾਮੀ ਦੇ ਨਾਲ ਰੁਲ ਰਹੇ ਆ। ਹਾਂਜੀ ਬਿਲਕੁਲ ਵੀ ਉਹ ਆਪਣੇ ਆਪਣੇ ਘਰਾਂ ਨੂੰ ਪਰਤ ਜਾਣ। ਬਿਲਕੁਲ ਠੀਕ ਹੈ ਜੀ ਗੱਲ ਤਾਂ ਉਹਨਾਂ ਦੀ ਸੱਚੀ ਆ। ਬਿਲਕੁਲ ਠੀਕ ਹੈ ਜੀ ਪਰ ਅੱਜ ਇੱਕ ਵੀਡੀਓ ਮੈਂ ਦੇਖੀ ਆ ਭਾਜੀ ਹਾਂਜੀ ਉਹਦੇ ਵਿੱਚ ਇੱਕ ਲੜਕੀ ਰੋ ਰਹੀ ਆ ਹਾਂਜੀ ਬਜ਼ੁਰਗਾਂ ਦੇ ਕੋਲ ਖੜੇ ਹੋਏ ਆ। ਹਾਂਜੀ ਤੇ ਬਜ਼ੁਰਗ ਉਹਨੂੰ ਕਹਿ ਰਹੇ ਆ ਬੇਟਾ ਰੋ ਨਾ। ਹਾਂਜੀ ਉਹ ਕਹਿੰਦੀ ਮੈਨੂੰ ਤੁਹਾਡੇ ਵਾਲਾ ਦੇਖ ਕੇ ਰੋਣ ਆ ਰਿਹਾ ਵੀ ਤੁਹਾਡੀ ਕਿਹੜੀ ਉਮਰ ਆ ਜਿਹੜੀ ਜਿਹਦੇ ਵਿੱਚ ਤੁਸੀਂ ਘਰ ਬੈਠ ਕੇ ਆਰਾਮ ਕਰਨਾ ਸੀ। ਬਿਲਕੁਲ ਜੀ ਠੀਕ ਆ ਟਾਈਮ ਸਿਰ ਰੋਟੀ ਪਾਣੀ ਘਰ ਖਾਂਦੇ ਆ ਟਾਈਮ ਸਿਰ ਆਰਾਮ ਕਰਦੇ ਆ ਸਵੇਰੇ ਫੇਰ ਉੱਠ ਕੇ ਉਹੀ ਆਪਣਾ ਕੰਮ ਕਾਰ ਕਰਦੇ ਆ। ਹਾਂਜੀ ਹਾਂਜੀ ਵੀ ਉਹ ਲੜਕੀ ਨੇ ਜਾਣੀ ਕਿ ਇੰਨਾ ਕੁ ਦੁੱਖ ਮਹਿਸੂਸ ਕੀਤਾ ਦਰਦ ਮਹਿਸੂਸ ਕੀਤਾ ਜ਼ਿਮੀਦਾਰਾਂ ਬਾਰੇ ਭਰਾਵਾਂ ਬਾਰੇ ਬਜ਼ੁਰਗਾਂ ਬਾਰੇ ਖਾਸ ਕਰਕੇ ਨਾ ਵੀ ਤੁਹਾਡੀ ਉਮਰ ਜਿਹੜੀ ਇਹ ਜਿਹਦੇ ਸਰਕਾਰ ਤੁਹਾਨੂੰ ਰੋਲ ਰਹੀ ਆ ਸੜਕਾਂ ਤੇ ਬਹਾਲਿਆ ਆ ਤੁਸੀਂ ਆਪਣੇ ਹੱਕਾਂ ਲਈ ਆਏ ਹੋ ਆ ਲੇਕਿਨ ਹੁਣ ਉਹਨਾਂ ਦੇ ਜੂ ਨਹੀਂ ਸਿਰ ਕਰੀ ਹਜੇ ਕੁਛ ਵੀ ਹਨਾ। ਬਿਲਕੁਲ ਜੀ ਤੇ ਵਿੱਚ ਚਲੋ ਮੁੰਡੇ ਉੱਥੇ ਨੌਜਵਾਨ ਵੀ ਆ ਕਹਿੰਦੇ ਵੀ ਭੈਣੇ ਤੂੰ ਫਿਕਰ ਨਾ ਕਰ ਸਾਰਾ ਕੁਛ ਫਤਿਹ ਹੋ ਜਾਣਾ ਚੜ੍ਹਦੀ ਕਲਾ ਹੋ ਜਾਣੀ ਆ। ਹਾਂਜੀ ਹਾਂਜੀ ਪਰ ਮੈਨੂੰ ਇੱਦਾਂ ਲੱਗਦਾ ਵੀ ਇਹ ਜਿਹੜਾ ਮੋਰਚਾ ਹੁਣ ਫਤਿਹ ਕਰਕੇ ਮੁੜਨਗੇ।
ਬਿਲਕੁਲ ਜੀ, ਹੁਣ ਤਾਂ ਉਹਨਾਂ ਦਾ ਦੋ ਹੀ ਹੈ ਜੀ, ਜਾਂ ਹਾਂ ਤੇ ਜਾਂ ਨਾ, ਨਾ ਬਸ। ਹੋਰ ਕਹਿੰਦੇ ਸਾਨੂੰ ਦੱਸੋ ਨਾ, ਸਾਡੇ ਨਾਲ ਗੱਲ ਕਰੋ, ਹਾਂਜੀ, ਵੀ ਤੁਹਾਡਾ ਜੋ ਵੀ ਹੈ ਹਾਂ ਨਾ ਬਸ ਦੱਸ, ਇਹ ਜਾਂ ਆਰ ਦੀ ਆ ਪਾਰ ਦੀ ਲੜਾਈ ਹੈ ਜੀ, ਹੁਣ ਲੜਾਈ ਰਹਿ ਵੀ ਇਹੀ ਗਈ ਜੀ। ਹਾਂਜੀ ਠੀਕ ਆ ਨਾ, ਜਾਂ ਤਾਂ ਫਿਰ ਹਾਲਾਤ ਭਾਜੀ ਬਹੁਤ ਖਰਾਬ ਕਰ ਦੋਗੇ ਤੇ ਜਾਂ ਫਿਰ ਬਿਲਕੁਲ ਸੁਧਰ ਜਾਣਗੇ, ਇਹ ਦੋ ਦੋ ਚਾਂਸ ਲੋਕਾਂ ਦੇ ਕਹਿਣ ਮੁਤਾਬਕ ਹੈ। ਵੈਸੇ ਤਾਂ ਮੈਨੂੰ ਨਾ ਕਈ ਵਾਰੀ ਦੇਖਦਾ ਹੁੰਦੇ ਕਿ ਇਹਨਾਂ ਨੂੰ ਲਟਕਾਇਆ, ਜਿਹੜੇ ਵੀ ਕੋਈ ਵੀ ਨਾ ਅੰਦੋਲਨ ਹੁੰਦਾ ਉਹਨੂੰ ਲਟਕਾਇਆ ਜਾਂਦਾ, ਹਾਂਜੀ, ਤਾਂ ਕਿ ਉਹਦੇ ਵਿੱਚ ਕੋਈ ਕਮੀ ਕੋਈ ਪੇਸ਼ੀ ਲੱਭ ਕੇ ਤਾਂ ਉਹਨੂੰ ਖਤਮ ਕਰਤਾ ਜਾਵੇ। ਕੱਲ੍ਹ ਭਾਜੀ ਦੇਖਿਆ, ਕੱਲ੍ਹ ਰਾਤ ਨੂੰ ਮੁੰਡੇ ਜਿੱਦਾਂ ਬੈਠੇ ਸੀਗੇ ਟੈਂਟ ਦੇ ਵਿੱਚ ਨੌਜਵਾਨ, ਹਾਂਜੀ, ਉੱਥੇ ਇੱਕ ਕੋਈ ਬੰਦਾ ਆ ਗਿਆ, ਉਹ ਪੁਲਿਸ ਵਾਲਾ ਦੱਸਿਆ ਜਾਂਦਾ, ਹਾਂਜੀ ਹਾਂਜੀ, ਬਈ ਉਹ ਡਰਿੰਕ ਦੇ ਸ਼ਰਾਬ ਦੇ ਪਾਈ ਹੈ, ਇਹਦੀ ਲੈ ਕੇ ਤਾਂ ਐਂਟਰ ਹੋ ਗਿਆ, ਜਦੋਂ ਉਹਦੀ ਤਲਾਸ਼ੀ ਲਈ ਤੇ ਉੱਥੇ ਰੱਖ ਕੇ ਮੁੜ ਚੱਲਿਆ ਸੀ। ਠੀਕ ਹੈ ਜੀ, ਚੰਦ ਮਿੰਟਾਂ ਬਾਅਦ ਹੀ ਪੁਲਿਸ ਵਾਲੇ ਉੱਥੇ ਪਹੁੰਚ ਜਾਂਦੇ ਟੈਂਟ ਦੇ ਵਿੱਚ, ਜਿੱਦਾਂ ਵੀ ਕੋਈ ਸ਼ੈਤਾਨੀ ਸੀ ਵੀ ਇਹਨਾਂ ਦੇ ਰੱਖ ਕੇ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਜਾਂ ਕਿਵੇਂ, ਹਨਾ। ਪਰ ਇਹੋ ਜਿਹੀਆਂ ਕਰਾਉਣੀਆਂ ਹਰਕਤਾਂ ਜਿਹੜੀਆਂ ਆ, ਇਹ ਡਰਪੋਕ ਲੋਕਾਂ ਦੀਆਂ ਗੱਲਾਂ ਆ, ਮੈਂ ਤਾਂ ਕਹਿੰਦਾ। ਹਾਂ ਦੇਖੋ, ਉਹਨਾਂ ਨੂੰ ਹੁਣ ਕੁਛ ਲੱਭ ਨਹੀਂ ਰਿਹਾ, ਹਾਂ ਲੱਭ ਨਹੀਂ ਰਿਹਾ, ਬੜੀ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ। ਦੇਖੋ ਹਰ ਇੱਕ ਬੰਦਾ, ਜਿੰਨੇ ਵੀ ਉੱਥੇ ਵਲੰਟੀਅਰਸ ਹੈਗੇ, ਹਾਂ ਬਿਲਕੁਲ, ਉਹ ਆਪਣੇ ਜਿੰਨੇ ਵੀ ਲੀਡਰਸ ਦੇ ਹੁਕਮ ਹੈ ਨਾ, ਬਿਲਕੁਲ, ਉਹਨਾਂ ਦੇ ਐਨ ਇਨ ਪਿੰਨ ਪਾਲਣ ਹੋ ਰਿਹਾ ਵੀ ਕੋਈ ਵੀ ਬੰਦਾ ਬਾਹਰੋਂ ਨਹੀਂ ਆਉਣਾ ਚਾਹੀਦਾ ਆਪਣੇ ਨਾਲ ਦੇ ਬੰਦਿਆਂ ਦਾ, ਮਤਲਬ ਬੜਾ ਆਮ ਸੋ ਅਮੇਜ ਕਿ ਇੰਨਾ ਦੇਖੋ ਉਹਨਾਂ ਨੇ ਪ੍ਰਬੰਧ ਜਿਹੜਾ ਵਧੀਆ ਕੀਤਾ, ਬਿਲਕੁਲ ਜੀ, ਤੇ ਰੈਲੀ ਨੂੰ ਸਫਲ ਵੀ ਇੱਦਾਂ ਹੋਣਾ ਜੀ। ਬਿਲਕੁਲ ਜੀ, ਹੁਣ ਮੈਂ ਉਹੀ ਗੱਲ ਜਿੱਦਾਂ ਆਪਾਂ ਫਿਰ ਕੱਲ੍ਹ ਉਹੀ ਕਰਦੇ ਹਾਂ ਵੀ ਮੋਰਚਾ ਫਤਿਹ ਹੋਣ ਵਾਲੀ ਗੱਲ ਆ, ਹਾਂਜੀ, ਤੇ ਹੁਣ ਸਰਕਾਰਾਂ ਜਿਹੜੀਆਂ ਆ ਉਹ, ਕੱਲ੍ਹ ਇੱਕ ਬਜ਼ੁਰਗਾਂ ਨੇ ਜਿੱਦਾਂ ਕਿਹਾ ਸੀ ਵੀ ਸੱਪ ਦੇ ਮੂੰਹ 'ਚ ਕੋਟ ਕਰਲੀ ਵਾਲਾ ਸਾਵਾਂਗਾ, ਬਿਲਕੁਲ, ਕਿਉਂਕਿ ਸੱਪ ਨੂੰ ਡਰ ਹੁੰਦਾ ਜੇ ਮੈਂ ਕੋਟ ਕਰਲੀ ਖਾਲੀ ਤਾਂ ਮੈਨੂੰ ਕੋਟ ਹੋ ਜਾਣਾ ਤਾਂ ਮੈਂ ਮਰ ਜਾਣਾ। ਹਾਂਜੀ, ਹੁਣ ਸਰਕਾਰ ਦਾ ਵੀ ਇਹੀ ਹਾਲ ਹੋ ਚੁੱਕਿਆ, ਲਾ ਲਓ ਬਈ ਉਹ ਜੇ ਤਾਂ ਬਿੱਲ ਚੇਂਜ ਕਰਦੀ ਆ ਤਾਂ ਵੀ ਮਰਦੀ ਆ, ਤਾਂ ਜੇ ਹੁਣ ਧੱਕਾ ਕਰੀ ਜਾਂਦੀ ਆ ਤਾਂ ਵੀ ਮਰਦੀ ਆ, ਉਹੀ ਹਿਸਾਬ ਤਾਂ ਦੋਨੇ ਪਾਸੇ ਆ ਜੀ, ਜੇ ਛੱਡਦੇ ਆ ਤਾਂ ਕੋੜੀ ਆ, ਜੇ ਨਹੀਂ ਛੱਡਦੇ ਤਾਂ ਕਲੰਕੀ ਉਹਦਾ ਹੋਇਆ। ਬਿਲਕੁਲ ਜੀ, ਹੁਣ ਆਪਾਂ ਗੱਲ ਕਰਦੇ ਜੀ ਕੈਲਵੀ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਜਿਹੜੀ ਰੈਲੀ ਕੱਢੀ ਗਈ ਆ ਜੀ, ਹਾਂਜੀ, ਤੇ ਉਹਨੂੰ ਬੜਾ ਭਰਮਾ ਹੁੰਗਾਰਾ ਮਿਲਿਆ ਜੀ। ਬਿਲਕੁਲ ਭਾਜੀ, ਪੰਜਾਬੀ ਜਿੰਦਾਬਾਦ। ਬਿਲਕੁਲ, ਆਪਾਂ ਕੈਲਗਰੀ ਦੇ ਵਿੱਚ ਹਮੇਸ਼ਾ ਦੇਖਿਆ ਵੀ ਜਦੋਂ ਕਿਤੇ ਵੀ ਕੋਈ ਚੰਗਾ ਕਾਰਜ ਹੁੰਦਾ ਆ, ਹਾਂਜੀ, ਬੇਸ਼ੱਕ ਉਹ ਕਮਿਊਨਿਟੀ ਲੈਵਲ ਤੇ ਹੋਵੇ ਜਾਂ ਕੋਈ ਇੱਥੇ ਸੋਸ਼ਲ ਹੋਵੇ, ਹਮੇਸ਼ਾ ਹੀ ਸਾਰੇ ਸਹਿਯੋਗ ਦਿੰਦੇ ਆ। ਪਰ ਬਹੁਤੇ ਲੋਕ ਇਹਨੂੰ ਗਲਤ ਤਰੀਕੇ ਨਾਲ ਵੀ ਲੈ ਲੈਂਦੇ ਆ, ਕਈ ਵਾਰੀ ਮੈਂ ਦੇਖ ਲਿਆ, ਸੋਚ ਆ ਜੀ, ਸੋਚ ਆ। ਪਰ ਕੱਲ ਪੰਜਾਬੀਆਂ ਨੇ ਇਕਜੁੱਟਤਾ ਦਾ ਜਿਹੜਾ ਆ ਉਹ ਦਿਖਾ ਦਿੱਤਾ ਵੀ ਅਸੀਂ ਇੱਕ, ਅਸੀਂ ਸਾਰੇ ਇਕੱਠੇ ਆ। ਬਿਲਕੁਲ, ਇਕੱਠ ਜਿਹੜਾ ਆ ਜਿੱਦਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੀ ਦੇਖਿਆ ਲਿਖਿਆ ਵੀ ਆ, ਤਕਰੀਬਨ 10,000 ਦੀ ਗਿਣਤੀ ਤੋਂ ਉੱਪਰ ਹੀ ਸਾਰੇ ਕਹਿ ਰਹੇ ਆ, 10 ਤੋਂ 12,000, ਹੈ ਨਾ ਜੀ। ਪਰ ਇਹ ਵੱਡੀ ਸ਼ਲਾਘਾ ਵੀ ਆ, ਵਧਾਈ ਦੇ ਪਾਤਰ ਵੀ ਆ, ਪਰ ਇਹਨਾਂ ਨੂੰ ਕਰਨ ਲਈ ਯੂਥ ਨੇ ਬਹੁਤ ਉਪਰਾਲਾ ਕੀਤਾ। ਬਿਲਕੁਲ ਜੀ, ਬਿਲਕੁਲ, ਠੀਕ ਆ ਜੀ। ਯੂਥ ਜਿਹੜੇ ਨਿਆਣੇ ਬੱਚੇ ਹੈਗੇ ਆ, ਉਹਨਾਂ ਨੇ ਕੋਈ ਟਵੀਟ ਕਰ ਲਿਆ, ਕੋਈ ਸਿਟੀ ਨਾਲ ਗੱਲ ਕਰ ਲਈ, ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਨੇ ਵੀ ਬਹੁਤ ਸਪੋਰਟ ਕੀਤੀ। ਹਾਂਜੀ, ਕੱਲ੍ਹ ਮੈਂ ਦੇਖਿਆ ਵੀ ਪੁਲਿਸ ਵਾਲੇ ਘੁੰਮਦੇ ਰਹੇ ਆ, ਉਹਨਾਂ ਨੇ ਕਿਹਾ ਸੀ ਵੀ 4 ਵਜੇ ਤੋਂ ਬਾਅਦ ਅਸੀਂ ਟਿਕਟਾਂ ਦੇਵਾਂਗੇ, 4 ਵਜੇ ਤੱਕ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੋਊਗੀ। ਠੀਕ ਹੈ ਜੀ, ਪਰ ਇਹ ਆ ਵੀ ਸ਼ਾਬਾਸ਼ ਆ ਸਾਰੇ ਪੰਜਾਬੀਆਂ ਦੇ, ਹਾਂਜੀ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, 70-80 ਸਾਲ ਦੇ ਬਜ਼ੁਰਗਾਂ ਤੱਕ ਸਾਰੇ ਜਿੰਨੇ ਵੀ ਪਰਿਵਾਰ ਪਹੁੰਚੇ ਆ, ਅਸੀਂ ਆਪਣੇ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਸਾਰਿਆਂ ਨੂੰ ਮਿਲਣ ਦਾ ਮੌਕਾ ਵੀ ਮਿਲ ਗਿਆ। ਬਿਲਕੁਲ ਜੀ, ਬਿਲਕੁਲ, ਠੀਕ ਆ ਜੀ। ਬਾਕੀ ਇਹ ਆ ਵੀ ਹਰ ਨੌਜਵਾਨ ਨੇ ਕੋਸ਼ਿਸ਼ ਕੀਤੀ ਆ, ਬਿਲਕੁਲ, ਪਰ ਕਾਰਜ ਕਰਨੇ ਨੂੰ ਕੋਈ ਨਾ ਕੋਈ ਮੋਰੀ ਤਾਂ ਹੋਣਾ ਚਾਹੀਦਾ ਸੀ। ਹਾਂਜੀ ਹਾਂਜੀ, ਬਿਲਕੁਲ, ਪਰ ਉਹ ਬੱਚਿਆਂ ਨੇ ਭਾਜੀ ਆਪਣਾ ਨਾਂ ਨਹੀਂ ਲਿਖਿਆ ਪੋਸਟਰ ਤੇ, ਨਾ ਟੈਲੀਫੋਨ ਨੰਬਰ। ਠੀਕ ਹੈ, ਉਹਦੀ ਦਿੱਕਤ ਆਈ ਲੋਕਾਂ ਨੂੰ ਪੁੱਛਣ ਲਈ ਕਈਆਂ ਨੂੰ। ਠੀਕ ਹੈ ਜੀ, ਉਹ ਕਹਿੰਦੇ ਸੀ ਵੀ ਅਸੀਂ ਤਾਂ ਨਹੀਂ ਲਿਖਿਆ, ਵੀ ਕੱਲ ਨੂੰ ਇਹ ਨਾ ਕਹਿਣ ਵੀ ਇਹ ਮੋਰੀ ਬਣੇ ਫਿਰਦੇ ਆ ਤੇ ਇਹ ਨਹੀਂ ਲਿਖ ਲਿਆ, ਵੀ ਜਾਣ ਕੇ ਇੱਕ ਚੌਧਰ ਲਈ ਨਾਂ ਲਿਖਿਆ, ਚੌਧਰ ਹੀ ਲਿਖ ਲਿਆ। ਈਵਨ ਕਿ ਉਹਨਾਂ ਨੇ ਕਿਤੇ ਵੀ ਕੋਈ ਮੀਡੀਆ ਦੇ ਵਿੱਚ ਸਪੀਚ ਵਿੱਚ ਕੋਈ ਵੀ ਆਪਣਾ ਨਾਂ ਨਹੀਂ ਦੱਸਿਆ ਵੀ ਇਹ ਸਾਡਾ ਆਹ ਨਾਂ ਆ ਜਾਂ ਕਿਵੇਂ ਆ, ਸਿਰ ਅਖੀਰ ਦੇ ਵਿੱਚ ਉਹ ਜ਼ਰੂਰ ਸਾਨੂੰ ਜਿੱਦਾਂ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਵੀ ਆਪਣੇ ਨਾਲ ਗੱਲਬਾਤ ਕੀਤੀ ਜਾਵੇ। ਠੀਕ ਹੈ ਜੀ, ਤਾਂ ਜੋ ਵੀ ਥੋੜ੍ਹਾ ਜਿਹਾ ਬਾਕੀ ਵੀ ਜਿਹੜੇ ਨੌਜਵਾਨ ਬੱਚੇ ਆ, ਲੜਕੀਆਂ ਆ ਜਾਂ ਲੜਕੇ ਆ, ਉਹਨਾਂ ਨੂੰ ਵੀ ਥੋੜ੍ਹਾ ਉਤਸ਼ਾਹ ਮਿਲੇ ਵੀ ਕੱਲ੍ਹ ਨੂੰ ਆਪਾਂ ਇਹ ਕੰਮ ਕਰਨ ਨੂੰ ਮੋਹਰੀ ਮੋਹਰੀ ਬਣੀ ਹੈ। ਬਿਲਕੁਲ ਜੀ, ਬਿਲਕੁਲ। ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਬੱਚੇ ਇੱਥੇ ਦੇ ਬੋਰ ਨਾ, ਉਹਨਾਂ ਦੇ ਵਿੱਚ ਉਤਸ਼ਾਹ ਬਹੁਤ ਦੇਖਿਆ ਭਾਜੀ। ਹਾਂਜੀ, ਜਿਹੜੇ ਪੰਜਾਬ ਤੋਂ ਆਏ ਸੀ, ਚਲੋ ਉਹ ਤਾਂ ਵਿਚਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਕੀ ਹਾਲ ਹੁੰਦਾ, ਹਾਂਜੀ ਹਾਂਜੀ, ਚੱਲੀ ਜਾਂਦਾ, ਪਰ ਇੱਥੇ ਦੇ ਜਿਹੜੇ ਬੋਰਨ ਬੱਚੇ ਸੀ ਨਾ, ਹਾਂਜੀ, ਉਹ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਏ ਆ ਲੜਕੀਆਂ ਲੜਕੇ। ਭਾਜੀ ਇੱਦਾਂ ਵੀ ਜਿਹੜੇ ਇੱਥੇ ਦੇ ਬੋਰਨ ਆ, ਹੁਣ ਘਰੇ ਦਾਦੇ ਆ, ਦਾਦੀਆਂ ਆ ਜਾਂ ਮਾਂ ਪੇ ਆ, ਹਾਂਜੀ, ਉਹਨਾਂ ਰੋਜ਼ ਘਰ ਉਹੀ ਗੱਲ ਹੁੰਦੀ ਆ, ਉਹੀ ਚੱਲਦੀ ਆ, ਕਿਉਂਕਿ ਉੱਥੇ ਕੀ ਹੋਇਆ, ਅੱਜ ਕੀ ਹੋਇਆ, ਹੁਣ ਕੀ ਹੋਇਆ, ਫੈਸਲਾ ਸੀ, ਮੀਟਿੰਗ ਹੋਈ ਕਿ ਨਹੀਂ ਹੋਈ। ਬਿਲਕੁਲ, ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਉਤਸੁਕਤਾ ਹੁੰਦੀ ਵੀ ਇਹ ਯਾਰ ਕੀ ਗੱਲ ਕੀ ਹੋ ਰਹੀ ਆ, ਸਾਨੂੰ ਵੀ ਪਤਾ ਹੋਣਾ ਚਾਹੀਦਾ। ਹਾਂਜੀ ਹਾਂਜੀ, ਤੇ ਮੈਂ ਤਾਂ ਇਹ ਦੇਖਿਆ ਧਾਮੀ ਸਾਹਿਬ, ਮੈਂ ਜਿਹੜਾ ਮੈਂ ਵੀ ਗਿਆ ਸੀਗਾ ਜੀ ਰੈਲੀ ਦੇ ਵਿੱਚ,
ਕੋਈ ਭਾਜੀ ਕਿਸੇ ਦੇ ਸੱਦੇ ਤੇ ਨਹੀਂ ਗਿਆ। ਹਾਂਜੀ ਹਾਂਜੀ, ਜੇ ਆਪਾਂ ਕਹੀਏ, ਕਿਉਂਕਿ ਜੂਥ ਨੇ ਜੂਥ ਨੂੰ ਜ਼ਰੂਰ ਸੱਦਿਆ, ਪ੍ਰੇਰਿਤ ਕੀਤਾ, ਤੇ ਲੋਕਾਂ ਨੂੰ, ਬਾਕੀ ਜਿਹੜੇ ਸਿਆਣੇ ਪਰਿਵਾਰ ਵੱਡੇ ਸੀਗੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਦੇਖਿਆ ਵੀ ਬੱਚੇ ਕੰਮ ਚੰਗਾ ਕਰ ਰਹੇ, ਆਪਣੇ ਆਪ ਹੀ ਹਾਜ਼ਰ ਹੋ ਗਏ। ਬਾਕੀ ਇੱਕ ਗੱਲ ਇਹ ਵੀ ਸੀਗੀ ਧਾਮੀ ਸਾਹਿਬ, ਮੈਂ ਦੇਖਿਆ ਮੋਸਟ ਆਫ ਦ ਪੀਪਲ ਜਿਹੜੇ ਸੀ ਉਹਨਾਂ ਨੇ ਮਾਸਕ ਪਾਏ ਹੋਏ ਸੀ। ਹਾਂ ਬਿਲਕੁਲ, ਤੇ ਕੋਸ਼ਿਸ਼ ਜਿਹੜੀ, ਚਲੋ ਹੁਣ ਇੱਕਾ ਦੁੱਕਾ ਬੰਦੇ ਤੇ ਚਲੋ ਆਪਾਂ ਕਹਿ ਦਿੰਦੇ ਵੀ ਜੰਗ ਆ, ਕਿਤੇ ਨਾ ਕਿਤੇ ਕੋਈ ਗਲਤੀ ਇੱਧਰ ਉੱਧਰ ਹੋ ਜਾਂਦੀ ਆ, ਪਰ ਨਹੀਂ ਤਾਂ ਡਿਸਪਲਿਨ ਬਹੁਤ ਸੀ। ਨੌਜਵਾਨ ਵਾ ਜੀ ਭਾਜੀ, ਮਾੜੀਆਂ ਮੋਟੀਆਂ ਗਲਤੀਆਂ ਤੇ ਜਵਾਨ ਕਰਦੇ ਹੀ ਆ, ਤਾਂ ਕਈ ਵਾਰੀ ਆਪਾਂ ਨੂੰ ਅੱਖੋਂ ਪਰੋਖੇ ਕਰਨੀਆਂ ਵੀ ਪੈਂਦੀਆਂ, ਇੰਨੀ ਤਾਂ ਹੋ ਵੀ ਜਾਂਦੀ, ਪਰ ਇਹ ਆ ਵੀ ਪ੍ਰਸ਼ਾਸਨ ਨੇ ਬਹੁਤ ਸਪੋਰਟ ਕੀਤੀ ਆ ਬੱਚਿਆਂ ਦੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਫਿਰ ਬੇਨਤੀ ਆ ਪੰਜਾਬੀ ਕਮਿਊਨਿਟੀ ਆਪਣੀ ਨੂੰ, ਜਦੋਂ ਇੱਦਾਂ ਦਾ ਕੋਈ ਸਾਂਝਾ ਕਾਰਜ ਹੁੰਦਾ ਨਾ, ਉੱਥੇ ਜ਼ਰੂਰ ਸਾਰੇ ਇਕੱਠੇ ਹੋਇਆ ਕਰੋ, ਕੋਈ ਇੱਥੇ ਕਿਸੇ ਨੇ ਤਾਗਮਾ ਨਹੀਂ ਲੈਣਾ, ਜਿੱਤਣਾ ਨਹੀਂ ਹੁੰਦਾ, ਹਨਾ ਜੀ। ਬਿਲਕੁਲ ਜੀ, ਨਾਲੇ ਇਹਨਾਂ ਤੁਹਾਡੀ ਇੱਕ ਜੁੜਤਾ ਦਾ ਪਤਾ ਲੱਗਦਾ, ਤੁਸੀਂ ਸਪੋਰਟ ਆਪਣੇ ਜਿਹੜੇ ਤੁਹਾਡੇ ਬੈਕ ਹੋਮ ਸਾਡੇ ਭੈਣ ਭਰਾ ਜਿਹੜੇ ਉੱਥੇ ਆ, ਸਾਨੂੰ ਅਸੀਂ ਉਹਨਾਂ ਨੂੰ ਕਿੰਨੀ ਕੁ ਸਪੋਰਟ ਕਰ ਰਹੇ ਹਾਂ। ਹਾਂ ਬਿਲਕੁਲ, ਪਤਾ ਲੱਗਦਾ ਇੱਥੇ ਦੀ ਲੋਕਾਂ ਨੂੰ ਅਵੇਅਰਨੈਸ ਹੁੰਦੀ ਵੀ ਜੇ ਅਸੀਂ ਰੈਲੀ ਕੱਢ ਰਹੇ ਹਾਂ ਤਾਂ ਉਹ ਕਿਉਂ ਕੱਢ ਰਹੇ ਹਾਂ, ਕਿਉਂ ਕੱਢ ਰਹੇ ਹਾਂ, ਰਾਈਟ। ਪਰ ਸਾਨੂੰ ਵੀ ਭਾਜੀ ਵੰਡ ਦਿੰਦੇ ਲੋਕੀ, ਇਹ ਜੀ ਉਹਦੇ ਨਾਲ ਦਾ ਆ, ਉਹ ਇਹਦੇ ਨਾਲ ਦਾ ਆ, ਇਹ ਚੀਜ਼ਾਂ ਨੂੰ ਵੀ ਦੇਖ ਕੇ ਮਨ ਦੁਖੀ ਹੁੰਦਾ, ਕਿਉਂਕਿ 14-15 ਸਾਲ ਹੋ ਗਿਆ ਸਾਨੂੰ ਵੀ ਇੱਥੇ ਦੇਖਦਿਆਂ ਨੂੰ, ਹਰ ਬੰਦੇ ਦੇ ਅਸੀਂ ਵੀ ਵਾਕਫ ਹਾਂ ਤੇ ਸਾਡੇ ਵੀ ਵਾਕਫ ਹੋਵੇ, ਅਸੀਂ ਕਿਹੋ ਜਿਹੇ ਹਾਂ, ਹਨਾ। ਪਰ ਇੱਕ ਗੱਲ ਹੈਗੀ ਧਾਮੀ ਸਾਹਿਬ, ਇਸ ਵਾਰੀ ਤੁਸੀਂ ਮੰਨੋ ਜਾਂ ਨਾ ਮੰਨੋ, ਹਾਂਜੀ, ਵੀ ਲੋਕਾਂ ਨੇ ਇਹ ਨਹੀਂ ਸੋਚਿਆ ਵੀ ਇਹ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਜਾਂ ਕਿਸੇ ਨਈ ਪਾਰਟੀ ਨਾਲ ਸੰਬੰਧਿਤ, ਹਾਂਜੀ, ਮਤਲਬ ਹਰ ਇੱਕ ਬੰਦਾ ਜਿਹੜਾ ਸੀਗਾ ਉਹਨੂੰ ਵੱਧ ਚੜ ਕੇ ਹਿੱਸਾ ਲਿਆ, ਔਰ ਇਹ ਚੀਜ਼ ਸਾਨੂੰ ਵੱਡੀ ਬੜੀ ਖੁਸ਼ੀ ਹੈ, ਪੰਜਾਬ 'ਚ ਵੀ ਇਹੀ ਦੇਖਣ ਨੂੰ ਮਿਲਿਆ, ਬਿਲਕੁਲ, ਕਿ ਕਾਂਗਰਸੀ ਆ, ਅਕਾਲੀ ਆ ਜੀ ਇਹ, ਜਾਂ ਆਮ ਆਦਮੀ ਪਾਰਟੀ ਨਹੀਂ ਕਿਤੇ ਰਹੀ, ਚਾਹੀਦਾ ਵੀ ਇੱਦਾਂ ਹੀ ਆ, ਪਰ ਉੱਥੇ ਸਾਂਝਾ ਕਾਰਜ ਹੋਵੇ ਨਾ, ਜਿੱਦਾਂ ਹੁਣ ਇਹ ਇੱਕ ਰੈਲੀ ਜਿਹੜੀ ਆ ਕਿਸਾਨਾਂ ਦੇ ਹੱਕਾਂ ਦੇ ਵਿੱਚ ਆ, ਜਿਹੜੇ ਕਿ ਹਲੇ ਸੜਕਾਂ ਦੇ ਬੈਠੇ ਆ, ਬਿਲਕੁਲ ਠੀਕ ਆ ਜੀ, ਆਪਣੇ ਹੱਕਾਂ ਲਈ ਬੈਠੇ ਆ, ਇਹ ਵੀ ਪਰਿਵਾਰ ਉਹਨਾਂ ਦੇ ਨਾਲ ਵੀ ਆ, ਹਾਂਜੀ, ਜੁੜੇ ਹੋ ਆ, ਕਿਉਂਕਿ ਉੱਥੇ ਕੋਈ ਨਾ ਕੋਈ ਪਰਿਵਾਰ ਦਾ ਤਾਏ ਚਾਚੇ ਭੈਣ ਭਰਾ ਰਹਿੰਦੇ ਆ, ਜਿਹੜੇ ਖੇਤੀ ਨਾਲ ਜੂਝ ਰਹੇ ਆ ਵਿਚਾਰੇ, ਹੈ ਨਾ, ਤਕਲੀਫਾਂ ਨਾਲ, ਤੇ ਪਿਛਲੇ ਸਮੇਂ ਤੋਂ ਉਦਾਂ ਹੀ ਕੁਛ ਨਹੀਂ ਬਚ ਰਿਹਾ ਸੀ ਜ਼ਿਮੀਦਾਰਾਂ ਨੂੰ, ਸੋਚਣ ਦੀ ਗੱਲ ਜਿਹੜੀ ਆ, ਇਸ ਕਰਕੇ ਜੇ ਮੈਂ ਬਹੁਤਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਕੱਠ ਜਿੱਦਾਂ ਕੀਤਾ ਇੱਦਾਂ ਹੀ ਰਿਹਾ ਕਰੋ, ਹਾਂਜੀ, ਕੋਈ ਵੰਡਣਾ ਨਹੀਂ ਕਿਸੇ ਨੇ, ਕੀ ਕਿਸੇ ਨੇ ਜਿੱਤ ਪ੍ਰਾਪਤ ਕਰਨੀ ਆ, ਕੀ ਕਰਨਾ ਆ, ਨਾ, ਜਿੱਥੇ ਕਮਿਊਨਿਟੀ ਦਾ ਇੱਕ ਆਇਆ ਉੱਥੇ, ਕਾਫੀ ਬੰਦਿਆਂ ਨਾਲ ਮੇਰੀ ਵੀ ਗੱਲਬਾਤ ਹੋਈ ਆ, ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਨੀ ਕੋਈ, ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਵੀ ਜਿਨ੍ਹਾਂ ਨੇ ਵੀ ਸ਼ੁਰੂਆਤ ਕੀਤੀ ਆ, ਚੰਗੀ ਕੀਤੀ ਆ, ਅਸੀਂ ਉਹਨਾਂ ਦੇ ਨਾਲ ਆ, ਜਾਣੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਅਸੀਂ ਉਹ ਫਲਾਣੇ ਨੇ ਨਾ ਬਣਾਉਣਾ ਸੀ ਜਾਂ ਕਿਵੇਂ ਆ, ਇਹੋ ਜਿਹੀ ਕੋਈ ਗੱਲਬਾਤ ਨਹੀਂ ਸਾਹਮਣੇ ਆਈ। ਧਾਮੀ ਸਾਹਿਬ ਅੱਧਾ ਮੰਨਣ ਤਾਂ ਇਹ ਨਹੀਂ ਸੀ ਪਤਾ ਵੀ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਵੀ ਕੌਣ ਆਰਗੇਨਾਈਜ਼ ਕਿਹਨੇ ਕੀਤਾ, ਬਿਲਕੁਲ, ਇੱਕ ਟੈਕਸਟ ਮੈਸੇਜ ਸੀਗਾ ਜਿਹੜਾ ਕਿ ਬਹੁਤ ਇੰਸਟਾਗ੍ਰਾਮ ਤੇ ਵਟਸਐਪ ਤੇ ਹਰ ਇੱਕ ਬੰਦੇ ਨੂੰ ਪਹੁੰਚ ਗਿਆ। ਹਾਂ ਬਿਲਕੁਲ ਜੀ, ਸਮਹਾਉ ਉਹਦੇ ਚ ਡਾਇਰੈਕਸ਼ਨ ਲਿਖੀ ਹੋਈ ਸੀ, ਉਹਦੇ ਚ ਕਿਸੇ ਦਾ ਨਾਂ ਨਹੀਂ ਸੀਗਾ, ਕੀ ਕਰਨਾ, ਕਿਵੇਂ ਕਰਨਾ, ਕਿਹੜਾ ਰੂਟ ਆ, ਕਿੱਥੇ ਪਹੁੰਚਣਾ, ਕਿੱਥੋਂ ਚੱਲਣਾ, ਕਿੱਥੇ ਵਾਪਸ ਆਉਣਾ, ਮਤਲਬ ਸਾਰਾ ਕੁਛ ਲਿਖਿਆ ਸੀਗਾ ਜੀ। ਸੋ ਬੜਾ ਵਧੀਆ ਆਰਗੇਨਾਈਜ਼ ਕੀਤਾ ਸੀਗਾ, ਕਿਸੇ ਵੀ ਗੱਲ ਨੂੰ ਇਸ਼ੂ ਜਿਹਾ ਨਾ ਬਣਾਉਣਾ ਚਾਹੀਦਾ, ਮੇਰੇ ਖਿਆਲ ਨਾਲ ਇਸ਼ੂ ਨਹੀਂ ਬਣਨਾ ਚਾਹੀਦਾ। ਹਾਂ, ਸਾਰੇ ਡਟ ਕੇ ਸਪੋਰਟ ਕਰੋ, ਆਪਾਂ ਪੰਜਾਬੀ ਆ ਯਾਰ, ਇੱਥੇ ਬੈਠੇ ਆ ਜਾਂ ਉੱਥੇ ਬੈਠੇ ਆ, ਹੈ ਤਾਂ ਪੰਜਾਬੀ ਆ ਨਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ। ਹੁਣ ਆਪਾਂ ਭਾਜੀ ਉਹਨਾਂ ਨਾਲ ਨਾ ਗੱਲਬਾਤ ਕੀਤੀ ਆਪਣੀ ਟੀਮ ਨੇ, ਠੀਕ ਹੈ, ਆਪਾਂ ਉਹ ਹੁਣ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ, ਜਿਹੜੇ ਚਾਰੇ ਜਵਾਨ ਜਿਨ੍ਹਾਂ ਨੇ ਗਾਂ ਆਪਣੇ ਯੂਥ ਦੇ ਨਾਲ ਗੱਲ ਕੀਤੀ ਆ ਜਾਂ ਹੋਰ ਉਹਨਾਂ ਦੇ ਪਰਿਵਾਰਾਂ ਦੇ ਗਾਂ, ਕਿਉਂਕਿ ਇੱਕ ਦੂਜੇ ਨੂੰ ਮੈਸੇਜ ਹੀ ਕਨਵੇ ਹੋਇਆ। ਹਾਂਜੀ, ਕੱਲ੍ਹ ਇੱਕ ਆਪਣੇ ਮੈਡਮ ਹੋਣਾਂ ਨਾਲ ਗੱਲ ਹੁੰਦੀ ਸੀਗੀ, ਆਪਣੇ ਇੱਥੇ ਲੇਖਕ ਵੀ ਆ, ਉਹ ਕਹਿੰਦੇ ਸੀ ਵੀ ਸਾਨੂੰ ਇੱਕ ਦੂਜੇ ਨੇ ਦੱਸਿਆ ਵੀ ਆਪਾਂ ਜਾਣਾ ਆ। ਹਾਂਜੀ ਹਾਂਜੀ, ਵੀ ਸਾਨੂੰ ਜਿਹੜਾ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਨੇ ਸਾਨੂੰ ਕਿਸੇ ਨੇ ਨਹੀਂ ਅਪਰੋਚ ਕੀਤੀ, ਲੇਕਿਨ ਸਾਨੂੰ ਦਰਦ ਸੀ, ਅਸੀਂ ਆ ਗਏ, ਅਸੀਂ ਆ ਗਏ, ਬਿਲਕੁਲ। ਤੇ ਹੁਣ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ ਜੀ। ਬਿਲਕੁਲ ਜੀ ਬਿਲਕੁਲ। ਅੱਜ ਕੈਲਗਰੀ ਦੇ ਵਿੱਚ ਇੱਕ ਬੜੀ ਹੀ ਵਿਸ਼ਾਲ ਕਿਸਾਨ ਰੈਲੀ ਕੱਢੀ ਗਈ ਹੈ ਸਾਡੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ, ਜਿਹੜੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਸੰਘਰਸ਼ ਦਾ ਸਾਥ ਦੇਣ ਲਈ, ਉਹਨਾਂ ਨੂੰ ਇੱਕ ਹੁਲਾਰਾ ਦੇਣ ਦੇ ਲਈ ਵੀ ਅਸੀਂ ਸਾਰੇ ਜਿੰਨੇ ਵੀ ਪੰਜਾਬੀ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹਾਂ, ਅਸੀਂ ਸਾਰੇ ਡਟ ਕੇ ਪੰਜਾਬੀ ਪੰਜਾਬ ਦੇ ਨਾਲ ਖੜ੍ਹੇ ਹਾਂ। ਅਤੇ ਇਸੇ ਸੰਬੰਧ 'ਚ ਅੱਜ ਕੈਲਗਰੀ ਦੇ ਵਿੱਚ ਵੀ ਬੜੀ ਭਰਮੀ ਕਿਸਾਨ ਰੈਲੀ ਕੀਤੀ ਗਈ, ਜਿਸ ਵਿੱਚ ਸਾਡੇ ਇੱਥੇ CID ਵਾਲੇ ਕਹਿ ਦਿਓ ਜਾਂ ਜਿਸ ਤਰ੍ਹਾਂ ਜਿਵੇਂ ਆਪਣੇ ਇੱਥੇ ਲੋਕਾਂ ਦੇ ਦੇਖਣ ਸੁਣਨ ਵਾਲੇ ਦੇ, ਉਹ ਕਹਿੰਦੇ ਅੱਜ ਤੱਕ ਇਤਿਹਾਸ ਵਿੱਚ ਨਾ ਐਡੀ ਰੈਲੀ ਕਦੇ ਹੋਈ ਆ, ਨਾ ਹੀ ਲੱਗਦਾ ਕਦੇ ਇੱਦੀ ਐਡੀ ਰੈਲੀ ਹੋ ਸਕਦੀ ਆ। 4-5 ਹਜ਼ਾਰ ਦੇ ਕਰੀਬ ਇੱਥੇ ਕਾਰਾਂ, ਬੱਸਾਂ, ਟਰੱਕਾਂ, ਮੋਟਰਸਾਈਕਲ ਵਾਲੇ ਭਰਾ ਮੂਹਰੇ ਅੱਗੇ ਲਾ ਕੇ ਸਾਰੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾਉਂਦੇ ਜਾਂਦੇ ਸੀ, ਬੜਾ ਵਧੀਆ ਲੱਗਿਆ। ਅੱਜ ਹੁਣ ਅਸੀਂ ਗੱਲਬਾਤ ਕਰਾਂਗੇ ਇਸ ਰੈਲੀ ਦੇ ਔਰਗਨਾਈਜ਼ਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਅੱਜ ਦੀ ਰੈਲੀ ਦੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ, ਤੁਸੀਂ ਵਧਾਈ ਦੇ ਪਾਤਰ ਹੋ ਕਿ ਐਡੀ ਵਧੀਆ ਰੈਲੀ ਔਰਗਨਾਈਜ਼ ਕੀਤੀ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਵਧੀਆ ਕੀਤਾ। ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੈਲਗਰੀ ਵਾਸੀਆਂ ਨੂੰ? ਪਹਿਲਾਂ ਇਹ ਕਹਿਣਾ ਚਾਹੁੰਦੇ ਹਾਂ ਜੀ,
ਉੱਤੇ ਵਿਚਾਰੇ ਠੰਡ ਦੇ ਵਿੱਚ ਬਜ਼ੁਰਗ ਆਪਣੇ ਥੱਲੇ ਉੱਥੇ ਟਰਾਲੀਆਂ ਥੱਲੇ ਪੈ ਰਹੇ ਨੇ ਸੋ ਉਹ ਚੀਜ਼ ਨੂੰ ਅਸੀਂ ਰੱਖਦੇ ਹੋਏ ਅਸੀਂ ਕਿਹਾ ਵੀ ਆਪਾਂ ਨੂੰ ਵੀ ਇੱਥੇ ਗੈਲਰੀ ਵਿੱਚ ਕਰਨਾ ਚਾਹੀਦਾ ਕੁਛ ਅਤੇ ਅਸੀਂ ਇਹ ਔਰਗਨਾਈਜ਼ ਕੀਤੀ ਜਿਹੜੇ ਤਹਿਲਫੁੱਲ ਵਿੱਚ ਕੋਈ ਵੀ ਯੋਗਦਾਨ ਪਾਉਣਾ ਚਾਹੀਦਾ ਵਾ ਆਪਾਂ ਨੂੰ ਹਾਂਜੀ 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 ਠੀਕ ਆ ਜੀ ਅਤੇ ਤੁਹਾਡੇ ਮਨ 'ਚ ਇੱਕ ਇੱਦਾਂ ਦਾ ਖਿਆਲ ਆਇਆ ਵੀ ਅਸੀਂ ਵੀ ਉੱਥੇ ਜਿਵੇਂ ਤੁਸੀਂ ਮੈਨੂੰ ਲੱਗਦਾ ਇੱਥੋਂ ਦੇ ਬੋਰਨ ਜਿੰਨੇ ਵੀ ਬੱਚੇ ਸੀ ਅੱਜ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਕਿ ਛੋਟੇ ਛੋਟੇ ਬੱਚੇ ਬਜ਼ੁਰਗ ਮਾਤਾ ਸਾਰੇ ਹਰ ਉਮਰ ਦੇ ਇੱਥੇ ਲੋਕ ਵਿੱਚ ਆਏ ਹੋਏ ਸੀ ਅਤੇ ਇੱਥੋਂ ਦੇ ਯੂਥ ਕਿਹੜੇ ਕਿਸ ਚੀਜ਼ ਨੂੰ ਲੈ ਕੇ ਤੁਸੀਂ ਇਹ ਰੈਲੀ ਔਰਗਨਾਈਜ਼ ਕਰਨ ਬਾਰੇ ਸੋਚਿਆ ਜੀ ਰੈਲੀ ਇੱਦਾਂ ਜੀ ਕਿਉਂਕਿ ਸਾਨੂੰ ਦੁੱਖ ਆ ਜੀ ਉੱਥੇ ਸਾਡੇ ਬੈਠੇ ਕਿਸਾਨ ਸਾਡਾ ਵੀ ਅਸੀਂ ਵੀ ਖੇਤੀਬਾੜੀਆਂ ਜੁੜੇ ਹੋਏ ਨਾ ਹਾਂਜੀ ਸਾਡੀ ਫੈਮਿਲੀ ਉੱਥੇ ਆ ਮੇਰੇ ਖੁਦ ਮਾਮਾ ਜੀ ਹੁਣੀ ਉੱਥੇ ਗਏ ਹੋਏ ਨੇ ਅਤੇ ਓਬਵੀਅਸਲੀ ਸਾਡੀ ਆਪਣੀਆਂ ਜੜ੍ਹਾਂ ਉੱਥੇ ਨੇ ਹਾਂਜੀ ਤਾਂ ਇਹ ਚੀਜ਼ ਦੇਖ ਕੇ ਸਾਨੂੰ ਦੁੱਖ ਸੀਗਾ ਕਿ ਅਸੀਂ ਜ਼ਿਆਦਾ ਨਹੀਂ ਸਕਦੇ ਉੱਥੇ ਜਾਂ ਕੋਈ ਵੱਧ ਤੋਂ ਵੱਧ ਜਾਂ ਤੁਸੀਂ ਫੰਡ ਭੇਜ ਸਕਦੇ ਹੋ ਪਰ ਰੈਲੀ ਨਾਲ ਤੁਸੀਂ ਇੱਦਾਂ ਹੁੰਦਾ ਕਿ ਆਪਾਂ ਕੱਢ ਕੇ ਆਪਾਂ ਇੱਥੇ ਕੈਨੇਡੀਅਨ ਗਵਰਨਮੈਂਟ ਦੇ ਉਹਨੂੰ ਪ੍ਰੈਸ਼ਰ ਪਾ ਸਕਦੇ ਹਾਂ ਕਿ ਉਹਨਾਂ ਨੂੰ ਤੁਸੀਂ ਇੰਡੀਅਨ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰੋ ਕਿ ਜਿਹੜੇ ਬਿੱਲ ਨੇ ਉਹ ਵਾਪਸ ਲੈਣ ਸੋ ਇਹੀ ਆ ਕਿ ਦੁੱਖ ਸੀਗਾ ਸਾਨੂੰ ਕਿ ਅਸੀਂ ਕਰੀਏ ਕੁਛ ਆਪਣੇ ਕਿਸਾਨਾਂ ਲਈ ਇਸ ਕਰਕੇ ਅਸੀਂ ਰੈਲੀ ਦੀ ਔਰਗਨਾਈਜ਼ ਕੀਤੀ ਹੈ ਠੀਕ ਆ ਜੀ ਅਤੇ ਤੁਸੀਂ ਵੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਭਾਅ ਜੀ ਮੈਂ ਤਾਂ ਦਿਲੋਂ ਬਸ ਧੰਨਵਾਦ ਕਰਨਾ ਚਾਹੁੰਦਾ ਹਾਂਜੀ ਵੀ ਇੰਨੇ ਜਾਣੇ ਆਪਣੇ ਸਪੋਰਟ 'ਚ ਆਏ ਨੇ ਠੀਕ ਆ ਜੀ ਅਤੇ ਇੱਕੋ ਹੀ ਗੱਲ ਦਿਲ 'ਚ ਹੁੰਦੀ ਆਪਣੇ ਹਾਂਜੀ ਆਪਣੇ ਕਿਸਾਨ ਜ਼ਰੂਰ ਜਿੱਤਣਗੇ ਠੀਕ ਹੈ ਜੀ ਤੁਹਾਡੇ ਆਹ ਟੀ ਸ਼ਰਟਾਂ ਵੀ ਪਾਈਆਂ ਹੋਈਆਂ ਨੇ ਜਿਹੜੀਆਂ ਨੋ ਫਾਰਮਰ ਨੋ ਫੂਡ ਨੋ ਫਿਊਚਰ ਬੜਾ ਵਧੀਆ ਤੁਸੀਂ ਇਹ ਨਾਰਾ ਦੇ ਰਹੇ ਹੋ ਕਿ ਤੇ ਇਹਦੇ ਬਾਰੇ ਤੁਸੀਂ ਵੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਜੀ ਐਂਡ ਆਫ ਦ ਡੇ ਜੋ ਵੀ ਆਪਾਂ ਖਾਂਦੇ ਹਾਂ ਜੋ ਵੀ ਸਾਡੇ ਟੇਬਲ 'ਤੇ ਆਪਾਂ ਰੋਟੀ ਖਾਂਦੇ ਹਾਂ ਕਿਸੇ ਕਿਸਾਨ ਤੋਂ ਹੀ ਆਉਂਦਾ ਕਿਸੇ ਫਾਰਮਰ ਤੋਂ ਆਉਂਦਾ ਜਾਂ ਆਪਾਂ ਇੱਥੇ ਬੈਠੇ ਜਾਂ ਆਪਾਂ ਬੈਕ ਹੋਮ ਬੈਠੇ ਹਾਂ ਆਪਾਂ ਪੀਜ਼ਾ ਖਾਂਦੇ ਹਾਂ ਬਰਗਰ ਖਾਂਦੇ ਹਾਂ ਕੁਛ ਵੀ ਖਾਂਦੇ ਹਾਂ ਐਟਲੀਸਟ ਉਹ ਬਣਦਾ ਕਿਸਾਨ ਹੀ ਸਾਰਾ ਕੁਛ ਜੀ ਜਿਹੜਾ ਮੇਨ ਮਟੀਰੀਅਲ ਆ ਜੋ ਵੀ ਆਪਾਂ ਖਾਂਦੇ ਹਾਂ ਕਿਸੇ ਨਾ ਕਿਸੇ ਕਿਸਾਨ ਤੋਂ ਹੀ ਆਉਂਦਾ ਹੈਗਾ ਠੀਕ ਹੈ ਸੋ ਤਾਂ ਕਰਕੇ ਵੀ ਆਪਾਂ ਪਾਇਓ ਜੀ ਨੋ ਫਾਰਮਰ ਤਾਂ ਨੋ ਫੂਡ ਤਾਂ ਜੇ ਨਾ ਫੂਡ ਨਾ ਹੋਇਆ ਤਾਂ ਫਿਰ ਫਿਊਚਰ ਸਾਡਾ ਕਿੱਥੇ ਠੀਕ ਹੈ ਜੀ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਸ ਵੀਰਾਂ ਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕਿਹਾ ਇਹਨਾਂ ਨੇ ਆਪਾਂ ਸਾਰਿਆਂ ਨਾਲ ਸਹਿਮਤ ਹਾਂ ਬਸ ਇਹੋ ਸੀ ਕਿ ਆਪਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਸੀ ਠੀਕ ਹੈ ਜੀ ਜੇ ਅੱਜ ਵੀ ਆਪਾਂ ਨਾ ਜਾਗੇ ਉਹ ਆਪਾਂ ਨੂੰ ਹੋਰ ਵੀ ਦਬਾਉਣਗੇ ਅਤੇ ਕੱਲ੍ਹ ਨੂੰ ਆਪਣੇ ਜੜ੍ਹਾਂ ਨੇ ਰਹੀਆਂ ਫਿਰ ਆਪਾਂ ਕੁਛ ਨਹੀਂ ਕਰ ਸਕਦੇ ਸੋ ਸਾਰਿਆਂ ਨੂੰ ਇਸ ਚੀਜ਼ ਨਾਲ ਜੋੜਨਾ ਚਾਹੀਦਾ ਵਾ ਅਤੇ ਸਪੋਰਟ ਕਰੋ ਕਿਸਾਨਾਂ ਦੀ ਆਪਾਂ ਅਰਦਾਸ ਕਰੀਏ ਰਲ ਕੇ ਸਾਰੇ ਜਾਣੇ ਕਿ ਉਹ ਫਤਿਹ ਪਾਉਣ ਉੱਥੇ ਜਿੱਤ ਹੋਵੇ ਠੀਕ ਹੈ ਤਾਂ ਸਾਰਾ ਧੰਨਵਾਦ ਮੈਨੂੰ ਦੇਖ ਕੇ ਇੱਕ ਚੀਜ਼ ਦੀ ਹੋਰ ਬੜੀ ਖੁਸ਼ੀ ਹੋਈ ਹੈ ਨਾ ਜਿਹੜੇ ਇੱਥੇ ਨੌਜਵਾਨਾਂ ਨੂੰ ਜਿੰਨਾ ਯੂਥ ਆ ਜਿਵੇਂ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਕਿ ਪੰਜਾਬੀ ਆ ਜਿਹੜੇ ਨਸ਼ੇੜੀ ਆ ਠੀਕ ਆ ਜੀ ਜਿਹੜਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੇ ਸੰਘਰਸ਼ ਉੱਥੇ ਹੋ ਰਹੇ ਆ ਮੋਸਟਲੀ ਯੂਥ ਦਾ ਹੀ ਰੋਲ ਪਲੇ ਕਰ ਰਹੇ ਆ ਅਤੇ ਜੇ ਮੈਨੂੰ ਲੱਗਦਾ ਨਸ਼ੇੜੀ ਹੁੰਦੇ ਮੈਨੂੰ ਨਹੀਂ ਸੀ ਲੱਗਦਾ ਜੀ ਵੀ ਇੰਨਾ ਕੋਈ ਕਰ ਸਕਦਾ ਵਾ ਇਹ ਇੱਕ ਧੱਬਾ ਵੀ ਜਿਹੜਾ ਪੰਜਾਬ 'ਤੇ ਲੱਗਿਆ ਸੀ ਉਹ ਪੰਜਾਬ ਦੇ ਪੰਜਾਬੀਆਂ ਦੇ ਯੂਥ ਨੇ ਇਹਨਾਂ ਨੇ ਉਹ ਵੀ ਧੋਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਇਹ ਤਾਂ ਸਾਡੇ ਖੂਨ 'ਚ ਹੀ ਆ ਜਦੋਂ ਵੀ ਸਾਨੂੰ ਕੋਈ ਵੀ ਵੰਗਾਰਦਾ ਜਾਂ ਕੋਈ ਵੀ ਸਾਨੂੰ ਇੱਦਾਂ ਛੇੜ ਦੇ ਟਰਾਈ ਕਰਦਾ ਕਿ ਇਹਨਾਂ ਨੂੰ ਦੇਖਿਆ ਜਾਵੇ ਟੋਲਿਆ ਜਾਵੇ ਕੀ ਕਰ ਸਕਦੇ ਆ ਕਿੱਥੋਂ ਤੱਕ ਰੱਖਦੇ ਆ ਫਿਰ ਆਪਾਂ ਨੂੰ ਹਮੇਸ਼ਾ ਪੰਜਾਬੀ ਮੂਹਰੇ ਹੁੰਦੇ ਆ ਦੱਸਦੇ ਆ ਵੀ ਨਹੀਂ ਅਸੀਂ ਦੱਬਦੇ ਨਹੀਂ ਸਾਰੇ ਇਕੱਠੇ ਹੀ ਆ ਉੱਦਾਂ ਭਾਵੇਂ ਆਪਣੇ ਬਹੁਤ ਹੋ ਸਕਦੇ ਆ ਪਰ ਸਾਰੇ ਸਾਂਝੇ ਹੀ ਆ ਇਕੱਠੇ ਹੀ ਆ ਅਤੇ ਆਪਾਂ ਰਲ ਕੇ ਸਾਰਿਆਂ ਨੇ ਸਪੋਰਟ ਕਰਦੇ ਠੀਕ ਹੈ ਜੀ ਹਾਂਜੀ ਵੀਰ ਜੀ ਤੁਸੀਂ ਵੀ ਕੁਛ ਕਹਿਣਾ ਚਾਹੁੰਦੇ ਮੈਂ ਕਹਿਣਾ ਸੀਗਾ ਜੀ ਪਹਿਲੀ ਤਾਂ ਕੈਲਗਰੀ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਰੈਲੀ ਨੂੰ ਸਪੋਰਟ ਕੀਤਾ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰੈਲੀ ਨੂੰ ਸਪੋਰਟ ਕੀਤਾ ਅਤੇ ਸਾਰਿਆਂ ਦੀ ਗਾਈਡਲਾਈਨ ਫੋਲੋ ਕੀਤੀਆਂ ਅਤੇ ਅਸੀਂ ਸੱਚੀ ਸਾਰੇ ਜਾਣੇ ਚਾਰੇ ਵੱਲੋਂ ਤਹਿ ਦਿਲੋਂ ਧੰਨਵਾਦ ਆ ਥੈਂਕ ਯੂ ਸੋ ਮਚ ਕੈਲਗਰੀ ਵਾਲੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਵੀ ਜੇ ਉੱਥੇ ਭਾਰਤ ਸਰਕਾਰ ਕੋਈ ਇਹ ਨਹੀਂ ਕਾਨੂੰਨ ਬਿੱਲ ਵਾਪਸ ਨਹੀਂ ਲੈਂਦੀ ਤਾਂ ਕੋਈ ਅੱਗੇ ਨੂੰ ਵੀ ਅਗਲੇ ਵੀਕਐਂਡ 'ਤੇ ਵੀ ਕੋਈ ਇੱਦਾਂ ਦਾ ਪ੍ਰੋਗਰਾਮ ਔਰਗਨਾਈਜ਼ ਹੋ ਰਹੇ ਆ ਹਾਂਜੀ ਜ਼ਰੂਰ ਇੱਦਾਂ ਦਾ ਕੁਛ ਕੀਤਾ ਜਾਊਗਾ ਗੌਰਮੈਂਟ ਦੇ ਨਾਲ ਸਲਾਹ ਕਰਕੇ ਕੈਨੇਡਾ ਗੌਰਮੈਂਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਜੀ ਇਹ ਸਾਡੀ ਇੰਨੀ ਸਪੋਰਟ ਕਰਦੇ ਆ ਸਾਨੂੰ ਖੜਨ ਦੀ ਇੱਥੇ ਆਜ਼ਾਦੀ ਦਿੰਦੇ ਆ ਨਹੀਂ ਤਾਂ ਇੰਡੀਅਨ ਗੌਰਮੈਂਟ ਦੇਖ ਲਓ ਅਤੇ ਇੱਥੇ ਦੇਖ ਲਓ ਸੋ ਅਸੀਂ ਜ਼ਰੂਰ ਕੁਛ ਦੇਖਾਂਗੇ ਫਿਰ ਵੀ ਕੀਤਾ ਜਾਊਗਾ ਠੀਕ ਹੈ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸੋ ਇਹ ਸਨ ਇਸ ਅੱਜ ਦੀ ਕਿਸਾਨ ਰੈਲੀ ਦੇ ਔਰਗਨਾਈਜ਼ਰ ਅਤੇ ਆਸ ਹੈ ਤੁਹਾਨੂੰ ਇਹ ਪ੍ਰੋਗਰਾਮ ਅੱਜ ਦਾ ਵਧੀਆ ਲੱਗਿਆ ਹੋਊਗਾ ਅਗਲਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਸਾਡਾ ਰੱਬ ਰੱਖਾ ਹਾਂਜੀ ਇਹ ਸਨ ਜੀ ਜਿਹੜੇ ਨੌਜਵਾਨ ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਜਾਂ ਪੰਜਾਬੀ ਕਮਿਊਨਿਟੀ ਨੂੰ ਨਾਲ ਲੈ ਕੇ ਸਾਰੀ ਨੂੰ ਇਹ ਰੈਲੀ ਦਾ ਪ੍ਰਬੰਧ ਕੀਤਾ ਸੀਗਾ ਸਾਰੇ ਹੀ ਇਸ ਜਿਹੜੇ ਪ੍ਰੋਗਰਾਮ ਜਿਹੜਾ ਹੋਇਆ ਰੈਲੀ ਹੋਈ ਆ ਉਹਦੇ ਲਈ ਵਧਾਈ ਦੇ ਪਾਤਰ ਨੇ ਕਿਉਂਕਿ ਸਭ ਤੋਂ ਵੱਡੀ ਰੈਲੀ ਇਹ ਹੋਈ ਆ ਕੈਲਗਰੀ ਦੇ ਵਿੱਚ ਜਿਹੜੀ ਕਿ ਇੱਕ ਇਤਿਹਾਸ ਸਿਰਜ ਗਈ ਆ ਸਾਰੇ ਹੀ ਵਧਾਈ ਦੇ ਪਾਤਰ ਨੇ ਬਜ਼ੁਰਗਾਂ ਨਾਲ ਵੀ ਗੱਲ ਹੋਈ ਆ ਅਤੇ ਹੋਰਾਂ ਨਾਲ ਵੀ ਇਹ ਗੱਲ ਹੋਈ ਸੀ ਸਾਰਿਆਂ ਨਾਲ ਜਿਹੜੇ ਕਹਿੰਦੇ ਆ ਵੀ ਅਸੀਂ ਆਪਣੀ ਸੁਰਤ ਦੇ ਵਿੱਚ ਜਦ ਕੈਨੇਡਾ ਆਏ ਹਾਂ ਪਿਛਲੇ 20-25-30 ਸਾਲਾਂ ਤੋਂ ਇਹ ਪਹਿਲੀ ਵਾਰੀ ਇੰਨਾ ਇਕੱਠ ਕਮਿਊਨਿਟੀ ਦਾ ਦੇਖਿਆ ਜਿਹੜਾ ਕਿ ਇੱਕ ਆ ਸਾਰਿਆਂ
ਲਾਇਸੈਂਸ ਲੈ ਲੈਂਦੇ ਆ ਹਾਇਰ ਨਹੀਂ ਕੀਤੇ ਜਾਂਦੇ ਇੰਸ਼ੋਰੈਂਸ ਦੀ ਬੜੀ ਪ੍ਰੋਬਲਮ ਆ ਰਹੀ ਆ ਕਿਉਂਕਿ ਇੰਸ਼ੋਰੈਂਸ ਇੱਥੇ ਵਧੀ ਹੋਇਆ ਪ੍ਰਾਈਵੇਟ ਹਾਂ ਪ੍ਰਾਈਵੇਟ ਕਰਕੇ ਅਤੇ ਜਿਹੜੀਆਂ ਕੰਪਨੀਆਂ ਇੱਥੋਂ ਮੂਵ ਹੋ ਰਹੀਆਂ ਠੀਕ ਹੈ ਫਿਰ ਅਸੀਂ ਬੇਨਤੀ ਕੀਤੀ ਸੀ ਡ੍ਰੀਮ ਲੈਂਡਰ ਟਰਾਂਸਪੋਰਟ ਹੈਗੀ ਆ ਕੈਲਗਰੀ ਦੇ ਵਿੱਚ ਇੰਦਰ ਗਰੇਵਾਲ ਉਹਨਾਂ ਨੂੰ ਠੀਕ ਹੈ ਉਹਨਾਂ ਨੂੰ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਭਾਈ ਸਾਹਿਬ ਤੁਸੀਂ ਸਾਡੇ ਨਾਲ ਇੱਕ ਵਾਰੀ ਇਹਦੇ ਬਾਰੇ ਗੱਲਬਾਤ ਕਰਿਓ ਅਤੇ ਉਹਨਾਂ ਨੇ ਫਿਰ ਸਾਡੀ ਬੇਨਤੀ ਪ੍ਰਵਾਨ ਕੀਤੀ ਅਤੇ ਹੁਣ ਉਹ ਸਾਡੇ ਨਾਲ ਹਾਜ਼ਰ ਨੇ ਅਤੇ ਹੁਣ ਅਸੀਂ ਉਹਨਾਂ ਨੂੰ ਲਿਆ ਰਹੇ ਹਾਂ ਸਟੂਡੀਓ ਦੇ ਵਿੱਚ ਠੀਕ ਹੈ ਅਤੇ ਗਰੇਵਾਲ ਸਾਹਿਬ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਅ ਜੀ ਧਾਮੀ ਸਾਹਿਬ ਅਤੇ ਨਰਿੰਦਰ ਜੀ ਅਤੇ ਤੁਹਾਡਾ ਏਸ਼ੀਆ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਾਰਿਆਂ ਦਾ ਧੰਨਵਾਦ ਜੀ ਅਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਅ ਜੀ ਤੁਸੀਂ ਲੰਬੇ ਸਮੇਂ ਤੋਂ ਇੰਡਸਟਰੀ ਨਾਲ ਜੁੜੇ ਆ ਟਰੱਕ ਇੰਡਸਟਰੀ ਨਾਲ ਜੀ ਅਤੇ ਜਿਹੜੇ ਨਵੇਂ ਬੰਦੇ ਲਾਇਸੈਂਸ ਲੈਂਦੇ ਤੇ ਹਾਂਜੀ ਉਹਨਾਂ ਨੂੰ ਹਾਇਰ ਹੋਣ ਵਾਸਤੇ ਵੱਡੀ ਪ੍ਰੋਬਲਮ ਆ ਰਹੀ ਹੈ ਹਾਂਜੀ ਬਹੁਤ ਇਹ ਪ੍ਰੋਬਲਮ ਤਾਂ ਜਿਹੜੀ ਕਾਮਨ ਹੈ ਜੀ ਸਾਰਿਆਂ ਲਈ ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਦੇ ਧਿਆਨ 'ਚ ਇਹ ਗੱਲਾਂ ਲਿਆਂਦੀਆਂ ਜਾਣ ਇਹ ਬਹੁਤ ਜ਼ਰੂਰੀ ਹੈ ਜੀ ਪਹਿਲਾਂ ਆਪਾਂ ਵੀ ਪਲੇਟਫਾਰਮ ਦੇਖਦੇ ਸੀ ਮੇਰੀ ਵੀ ਆਹ ਇਲੈਕਸ਼ਨਾਂ ਤੋਂ ਪਹਿਲਾਂ ਐਨਡੀਪੀ ਨਾਲ ਵੀ ਗੱਲ ਤੁਰੀ ਸੀ ਉਹ ਤੋਂ ਬਾਅਦ ਉਹਨਾਂ ਦੀ ਗਵਰਨਮੈਂਟ ਚਲੀ ਗਈ ਤੇ ਨਵੀਂ ਗਵਰਨਮੈਂਟ ਆਈ ਗੱਲਬਾਤ ਟੁੱਟ ਗਈ ਆ ਹਾਂਜੀ ਤੇ ਉਹਦੇ ਲਈ ਇੱਕ ਪ੍ਰੋਗਰਾਮ ਵੀ ਉਲੀਕਿਆ ਗਿਆ ਸੀ ਵੀ ਜਿੱਦਾਂ ਸਾਰੀਆਂ ਕੰਪਨੀਆਂ ਨੂੰ ਇਕੱਠੇ ਕਰਕੇ ਇੱਕ ਸਟੇਜ ਦੇ ਉੱਤੇ ਲਿਆ ਕੇ ਗਵਰਨਮੈਂਟ ਨਾਲ ਬੈਠ ਕੇ ਗੱਲ ਹੋਵੇ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਜਿਹੜੇ ਨਵੇਂ ਡਰਾਈਵਰਸ ਆ ਰਹੇ ਨੇ ਤੇ ਜਿਹੜੀ ਸਟੈਬਲਿਸ਼ ਟਰੱਕਿੰਗ ਇੰਡਸਟਰੀ ਆ ਖਾਸ ਕਰ ਅਲਬਰਟਾ ਦੀ ਉਹਦੇ ਲਈ ਇਹ ਬਹੁਤ ਵੱਡਾ ਚੈਲੰਜ ਹੈ ਕਿ ਡਰਾਈਵਰ ਨਹੀਂ ਮਿਲ ਰਹੇ ਤੇ ਸੈਕੰਡਲੀ ਇੰਸ਼ੋਰੈਂਸਿਸ ਬਹੁਤ ਹਾਈ ਨੇ ਉਹਦੇ ਕਰਕੇ ਜਾਂ ਤਾਂ ਕੰਪਨੀਆਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ ਜਾਂ ਮੂਵ ਹੋ ਰਹੀਆਂ ਨੇ ਜਿੱਦਾਂ ਮੈਨੀਟੋਬਾ ਚਲੇ ਗਏ ਜਾਂ ਕੁਛ ਕੰਪਨੀਆਂ ਨੇ ਇੱਥੋਂ ਆਪਣੀਆਂ ਪਹਿਲੀਆਂ ਪੁਰਾਣੀਆਂ ਚੱਲਦੀਆਂ ਜਿਨ੍ਹਾਂ ਦੇ ਉੱਤੇ ਡਿਸਕਾਊਂਟ ਵਗੈਰਾ ਹੈਗੇ ਨੇ ਉੱਥੇ ਬੀ ਸੀ 'ਚ ਬਾਏ ਕਰੀਆਂ ਜੀ ਤੋ ਇੱਥੋਂ ਉਹਨਾਂ ਨੂੰ ਮਜਬੂਰੀ ਬਸ ਮੂਵ ਹੋਣਾ ਪੈਂਦਾ ਉਹਦਾ ਰੀਜ਼ਨ ਇਹ ਹੈ ਜੀ ਇੱਕ ਤਾਂ ਗਵਰਨਮੈਂਟ ਨੇ ਹੁਣ ਜਿਹੜਾ ਮੈਰਿਟ ਪ੍ਰੋਗਰਾਮ ਚਲਾਇਆ ਉਹਦੇ ਨਾਲ ਬੜੀ ਸਾਰਿਆਂ ਨੂੰ ਆਸ ਸੀ ਕਿ ਇੱਕ ਤਾਂ ਡਰਾਈਵਰ ਆ ਜਿਹੜੇ ਨਵੇਂ ਡਰਾਈਵਰ ਆ ਰਹੇ ਨੇ ਉਹ ਤਾਂ ਐਕਸਪੀਰੀਅੰਸ ਨਾਲ ਇੰਡਸਟਰੀ ਦੇ ਵਿੱਚ ਪੈਰ ਰੱਖਣਗੇ ਜੀ ਸੈਕੰਡਲੀ ਜਿਹੜਾ ਸੀ ਰੋਡਸ ਵਗੈਰਾ ਸੇਫ ਹੋਣਗੀਆਂ ਤੇ ਥਰਡ ਸੀ ਜਿਹੜੀ ਆਪਣੀ ਸ਼ਾਰਟੇਜ ਚੱਲਦੀ ਹੈ ਡਰਾਈਵਰਾਂ ਦੀ ਉਹ ਕੰਪਨੀਆਂ ਲਈ ਪੂਰੀ ਹੋਜੂ ਠੀਕ ਹੈ ਪਰ ਉਹਦੇ 'ਚ ਕੁਛ ਹੱਦ ਤੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਐਕਸਪੀਰੀਅੰਸ ਜ਼ਰੂਰ ਲੈ ਕੇ ਆਉਂਦਾ ਜਿੱਦਾਂ ਹੁਣ ਉਹਨਾਂ ਨੇ ਪ੍ਰੋਗਰਾਮ ਕੀਤਾ 125 ਘੰਟੇ ਦੇ ਕਰੀਬ ਲਵਾਉਂਦੇ ਨੇ ਸਕੂਲ ਦੇ ਵਿੱਚ ਜਿਵੇਂ ਤੁਸੀਂ ਵੀ ਸਕੂਲ ਡਰਾਈਵਿੰਗ ਸਕੂਲ ਵਾਲਿਆਂ ਨੂੰ ਜਾਣਦੇ ਆ ਆਪਣੇ ਵੀ ਸਾਰੇ ਜਾਣਦੇ ਨੇ ਉਹ ਦੱਸਦੇ ਆ ਵੀ ਮਿਹਨਤ ਉਹ ਪੂਰੀ ਕਰਵਾ ਰਹੇ ਨੇ ਤੇ ਸੈਕੰਡਲੀ ਜਿਹੜਾ ਨਵਾਂ ਡਰਾਈਵਰ ਆ ਰਿਹਾ ਉਹ ਪੇ ਵੀ ਪੂਰੀ ਕਰ ਰਿਹਾ ਜੀ ਗਵਰਨਮੈਂਟ ਫੀ ਜਿਹੜੀ ਰੱਖੀ ਗਈ ਆ ਇੱਕ ਲਾਇਸੈਂਸ 8500 ਤੋਂ ਲੈ ਕੇ 9500 ਤੱਕ ਪੈਂਦਾ ਜੀ ਨਵੇਂ ਡਰਾਈਵਰ ਨੂੰ ਤਕਰੀਬਨ 10000 ਹੋ ਗਿਆ ਤਕਰੀਬਨ 10000 ਹਾਂਜੀ ਜੇ ਇੱਕ ਅੱਧੀ ਵਾਰੀ ਜੇ ਫੇਰ ਫੇਲ ਵੀ ਹੋ ਜਾਣਾ ਤਾਂ ਉਹ ਕਲਬ 10 ਵੀ ਟੱਪ ਜਾਂਦਾ ਹਾਂਜੀ ਤੇ ਉਹ ਲਾਉਣ ਲਈ ਹੁਣ ਜੇ ਆਪਾਂ ਸੋਚੀਏ ਜੇ ਇੱਕ ਬੰਦਾ ਨਵਾਂ ਆਇਆ ਪਹਿਲਾਂ ਉਹਨੇ ਕੰਮ ਸ਼ੁਰੂ ਕੀਤਾ ਕਿਤੇ ਵੀ ਆਵਰਲੀ ਕੰਮ ਕਰਦਾ ਹਾਂਜੀ ਤਾਂ ਅਪਰੋਕਸੀਮੇਟਲੀ 1800 to 2500 ਉਹ ਪਰ ਮੰਥ ਬਣਾਉਂਦਾ ਵਾ ਫਿਰ ਉਹਦੇ ਵਿੱਚੋਂ ਆਪਦੇ ਖਰਚੇ ਕੱਢ ਕੇ ਪੈਸੇ ਜੋੜਦਾ ਜਦੋਂ ਉਹਦੇ ਕੋਲ 10000 ਦੇ ਕਰੀਬ ਅਮਾਊਂਟ ਹੋ ਜਾਂਦੀ ਹੈ ਫਿਰ ਉਹ ਲਾਇਸੈਂਸ ਲੈਂਦਾ 2 ਮਹੀਨੇ ਲਾਇਸੈਂਸ ਲੈਣ ਤੋਂ ਬਾਅਦ ਲਾਇਸੈਂਸ ਹੱਥ 'ਚ ਆ ਜਾਂਦਾ ਉਹ ਕੰਪਨੀਆਂ ਕੋਲ ਆਉਂਦਾ ਜੀ ਭਾਅ ਜੀ ਕੰਪਨੀਆਂ ਦੀ ਮਜਬੂਰੀ ਇਹ ਹੈ ਜੀ ਮਜਬੂਰੀ ਵੀ ਕਹਿ ਲਓ ਚਲੋ ਜੋ ਵੀ ਗਾਈਡਲਾਈਨ ਹੈਗੀ ਉਹ ਚੰਗੀਆਂ ਵੀ ਨੇ ਤਾਂ ਇੰਸ਼ੋਰੈਂਸ ਦੇ ਥਰੂ ਹਾਇਰ ਕਰਵਾਉਣਾ ਪੈਂਦਾ ਡਰਾਈਵਰ ਕਿਉਂਕਿ ਜੇ ਡਰਾਈਵਰ ਇੰਸ਼ੋਰੈਂਸ ਦੇ ਵਿੱਚ ਹਾਇਰ ਆ ਕੱਲ੍ਹ ਨੂੰ ਰੱਬ ਨਾ ਕਰੇ ਕੋਈ 19 ਰੋਡ ਦੇ ਉੱਤੇ ਹੁੰਦੀ ਆ ਕੋਈ ਟਰੱਕ ਨਾਲ ਕੋਈ ਟ੍ਰੇਲਰ ਨਾਲ ਕੋਈ ਵੀ ਹਾਦਸਾ ਵਾਪਰੇ ਹਾਂਜੀ ਤਾਂ ਉਹਨੂੰ ਕਵਰ ਵੀ ਕਰਦੇ ਆ ਪਰ ਉਹਦੇ 'ਚ ਹੁਣ ਇੱਕੋ ਇਸ਼ੂ ਇਹ ਆਉਂਦਾ ਜੀ ਉਹ ਇੰਸ਼ੋਰੈਂਸ ਕੰਪਨੀਆਂ ਡਿਨਾਈ ਕਰ ਦਿੰਦੀਆਂ ਨਵੇਂ ਡਰਾਈਵਰ ਨੂੰ ਤੇ ਉਹ ਕਹਿੰਦੇ ਨੇ ਐਕਸਪੀਰੀਅੰਸ ਡਰਾਈਵਰ ਲੈ ਕੇ ਆਓ 2 to 3 ਸਾਲ ਵਾਹ ਜੀ ਵਾਹ ਭਾਅ ਜੀ ਇਹ ਮੇਰੀ ਇੰਸ਼ੋਰੈਂਸ ਬ੍ਰੋਕਰਾਂ ਨੂੰ ਵੀ ਕਈ ਵਾਰੀ ਸਵਾਲ ਹੁੰਦਾ ਤੇ ਬਾਕੀ ਡਰਾਈਵਰਾਂ ਦਾ ਵੀ ਸਾਨੂੰ ਹੁੰਦਾ ਵੀ ਜੇ ਕਿਸੇ ਦੇ ਘਰੇ ਟਰੱਕ ਖੜਾ ਉਹਦੇ ਕੋਲ 2-3 ਸਾਲ ਚਲਾਉਣ ਦਾ ਐਕਸਪੀਰੀਅੰਸ ਉਹ ਕਿਸੇ ਨਾਲ ਕਿਉਂ ਕੰਮ ਕਰੂਗਾ ਬਿਲਕੁਲ ਜੀ ਜਿੱਦਾਂ ਤੁਸੀਂ ਹੁਣ ਟਰੱਕ ਚਲਾਓਗੇ ਤਾਂ ਐਕਸਪੀਰੀਅੰਸ ਆਊ ਜੇ ਕੋਈ ਹਾਇਰ ਨਹੀਂ ਕਰੂ ਤਾਂ ਉਹ 2 ਸਾਲ ਦਾ ਐਕਸਪੀਰੀਅੰਸ ਆਊਗਾ ਕਿੱਥੋਂ ਜੀ ਬਿਲਕੁਲ ਜੀ
ਤੇ ਸੈਕੰਡਲੀ ਫਿਰ ਜਿਹੜੀ ਹੁਣ ਕੰਪਨੀਆਂ ਨੇ ਉਹ ਮਜਬੂਰੀ ਬਸ ਕੁਝ ਕੰਪਨੀਆਂ ਨਾਲ ਹੋਏ ਵੀ ਨੇ ਆਪਾਂ ਨਾਂ ਤਾਂ ਨਹੀਂ ਲਵਾਂਗੇ ਉਹਨਾਂ ਨੂੰ ਮਜਬੂਰੀ ਬਸ ਟਰੱਕ ਖੜੇ ਸੀ ਉਹਨਾਂ ਨੂੰ ਡਰਾਈਵਰ ਚੜਾਉਣਾ ਪਿਆ ਸਮ ਹਾਓ ਕੋਈ ਹੈਪਨ ਹੋਇਆ ਤਾਂ ਉਹਨਾਂ ਦੀ ਇੰਸ਼ੋਰੈਂਸ ਨੇ ਕਵਰੇਜ ਨਹੀਂ ਕਰੀ ਤੇ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਚੱਕਣਾ ਪਿਆ ਤੇ ਉਹਦੇ ਨਾਲ ਉਹਨਾਂ ਨੂੰ ਕਹਿ ਲਓ ਵੀ ਉਹ ਛੱਡ ਕੇ ਦੁਬਾਰਾ ਆਪਦਾ ਹੋਰ ਬਿਜ਼ਨਸ ਦੇਖਣਾ ਪਿਆ ਜੀ ਭਾਜੀ ਇਹ ਬੜੀਆਂ ਵੱਡੀਆਂ ਮਜਬੂਰੀਆਂ ਨੇ ਜੀ ਇਹਦੇ ਲਈ ਗਵਰਨਮੈਂਟ ਇੱਕ ਆਈ ਡੀ ਇਸ਼ੂ ਕਰਦੀ ਹੈ ਕਿ ਦਿਸ ਇਜ਼ ਦਾ ਪਰਸਨ ਸਰਟੀਫਾਈਡ ਡਰਾਈਵ ਸੈਮੀ ਟਰੱਕ ਤਾਂ ਜਦੋਂ ਇੰਸ਼ੋਰੈਂਸ ਕਹਿੰਦੀ ਜੀ ਨਹੀਂ ਇਹ ਚਲਾ ਨਹੀਂ ਸਕਦਾ ਇਹਦੇ ਕੋਲ ਐਕਸਪੀਰੀਅੰਸ ਨਹੀਂ ਹੈ ਫਿਰ ਉਹ ਤਾਂ ਬਹੁਤ ਵੱਡੀ ਪ੍ਰੋਬਲਮ ਆ ਜੀ ਹਾਂਜੀ ਬਹੁਤ ਵੱਡੀ ਜੀ ਇਹ ਗਵਰਨਮੈਂਟ ਤੇ ਇੰਸ਼ੋਰੈਂਸ ਕੰਪਨੀਆਂ ਬਿਲਕੁਲ ਆਹਮਣੇ ਸਾਹਮਣੇ ਆ ਕੇ ਖੜ ਜਾਂਦੀਆਂ ਨੇ ਗਵਰਨਮੈਂਟ ਕਹਿੰਦੀ ਹੈ ਬੰਦਾ ਸਰਟੀਫਾਈਡ ਆ ਚਲਾ ਸਕਦਾ ਇੰਸ਼ੋਰੈਂਸ ਕੰਪਨੀ ਕਹਿੰਦੀ ਜੀ ਨਹੀਂ ਅਸੀਂ ਅਲਾਓ ਨਹੀਂ ਕਰਦੇ ਐਕਸਪੀਰੀਅੰਸ ਹੈ ਨਹੀਂ ਨਾ ਐਕਸਪੀਰੀਅੰਸ ਹੈ ਨਹੀਂ ਗਾ ਜੀ ਜੀ ਹੁਣ ਜੇ ਨਾ ਐਕਸਪੀਰੀਅੰਸ ਹੋਣ ਦੇ ਨਾਲ ਉਹ ਹਾਇਰ ਨਹੀਂ ਹੁੰਦੇ ਤੇ ਉੱਤੋਂ ਦੀ ਹੁਣ ਆਪਣੇ ਇੱਕ ਹੋਰ ਜਿਹੜਾ ਰੂਲ ਬਣ ਗਿਆ ਵੀ ਪਹਿਲਾਂ ਆਪਣੇ ਆਉਂਦੇ ਹੁੰਦੇ ਸੀ LMIA ਥਰੂ ਡਰਾਈਵਰ ਦੁਬਈ ਤੋਂ ਜੀ ਵਰਕ ਪਰਮਿਟ ਤੇ ਵਰਕ ਪਰਮਿਟ ਤੇ ਹਾਂਜੀ ਜੀ ਭਾਜੀ ਤਾਂ ਉਹ ਵੀ ਹੁਣ ਬੰਦ ਕਰ ਦਿੱਤਾ ਗਿਆ ਅਲਬਰਟਾ ਦੇ ਵਿੱਚ ਵੀ ਉਹ ਵੀ ਨਹੀਂ ਆਉਣਗੇ ਨਾ ਉਹ ਅਪਰੂਵਲ ਮਿਲਣਗੀਆਂ ਅੱਛਾ ਜੀ ਲਾਇਸੈਂਸ ਐਕਸਪੈਂਸਿਵ ਹੋ ਗਿਆ ਘੱਟ ਡਰਾਈਵਰ ਲੈਣਗੇ ਜੀ ਸੈਕੰਡਲੀ ਜਿਹੜੇ ਲੈ ਰਹੇ ਨੇ ਉਹਨਾਂ ਨੂੰ ਇੰਸ਼ੋਰੈਂਸ ਹਾਇਰ ਨਹੀਂ ਕਰ ਰਹੀ ਉਹ 10,000 ਆਪਦੇ ਪੱਲਿਓਂ ਲਾ ਕੇ ਬੈਠੇ ਨੇ ਜੀ ਜੀ ਇੰਸ਼ੋਰੈਂਸ ਹਾਇਰ ਨਹੀਂ ਕਰ ਰਹੀ ਕੰਪਨੀ ਉਹਨੂੰ ਟਰੱਕ ਤੇ ਚੜਾ ਨਹੀਂ ਸਕਦੀ ਉਹ ਆਪਦੀ ਰਿਕਵਰੀ ਕਿੱਦਾਂ ਕਰੂ ਜਿਹੜੇ ਉਹਨੇ ਆਲਰੇਡੀ ਖਰਚ ਚੁੱਕਿਆ ਹਾਂਜੀ ਕੰਪਨੀਆਂ ਦੀ ਦਿੱਕਤ ਆ ਰਹੀ ਆ ਵੀ ਮੋਸਟ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਕੈਲਗਰੀ ਦੀਆਂ ਤੁਸੀਂ ਦੇਖਿਆ ਹੋਣਾ ਸਾਰਿਆਂ ਨੂੰ ਪਤਾ ਵੀ ਉਹਨਾਂ ਦੀਆਂ ਸਾਰਿਆਂ ਦੀਆਂ ਪਲੇਟਾਂ ਮੈਨੀਟੋਬਾ ਦੀਆਂ ਬਿਲਕੁਲ ਜੀ ਸੋ ਜਿਹੜਾ ਰੈਵਨਿਊ ਆ ਮੈਨੀਟੋਬਾ ਗਵਰਨਮੈਂਟ ਨੂੰ ਜਾ ਰਿਹਾ ਬਿਜ਼ਨਸ ਰਨ ਕਰ ਰਹੇ ਨੇ ਅਲਬਰਟਾ ਤੋਂ ਫਿਰ ਭਾਜੀ ਇਕਨੋਮੀ ਨੂੰ ਬਹੁਤ ਫਰਕ ਪਊ ਬਹੁਤ ਪੈ ਰਿਹਾ ਜੀ ਇਕਨੋਮੀ ਨੂੰ ਫਰਕ ਪੈ ਰਿਹਾ ਤੇ ਜਿਹੜੀ ਇੰਡਸਟਰੀ ਖਤਮ ਹੋ ਰਹੀ ਆ ਉਹਦਾ ਰੀਜ਼ਨ ਹੀ ਇਹ ਆ ਪ੍ਰਾਈਵੇਟ ਇੰਸ਼ੋਰੈਂਸ ਹੈ ਚਲੋ ਇੱਕ ਹੋਰ ਚੀਜ਼ ਹੈ ਜੇ ਇੰਸ਼ੋਰੈਂਸ ਆਪਣੀ ਹਾਈ ਰੇਟ ਆ ਹਾਂਜੀ ਤਾਂ ਐਟਲੀਸਟ ਡਰਾਈਵਰ ਤਾਂ ਹਾਇਰ ਕਰਨ ਜੀ ਹੁਣ ਮੋਸਟਲੀ ਜਿਹੜੇ ਛੋਟੇ 5 ਤੋਂ 10-15 ਟਰੱਕਾਂ ਵਾਲੇ ਇੰਡਸਟਰੀ ਦੇ ਵਿੱਚ ਕੰਪਨੀਆਂ ਨੇ ਹਾਂਜੀ ਉਹ ਕੀ ਕਰ ਰਹੇ ਨੇ ਜੀ ਇੱਕ ਹੋਰ ਤਰੀਕਾ ਹੁਣ ਦੱਸਿਆ ਇੰਸ਼ੋਰੈਂਸ ਵਾਲੀ ਦੱਸ ਦਿੰਦੇ ਵਿੱਚ ਦੀ ਕਿ BC ਦੇ ਵਿੱਚ ਇੱਕ ਕੰਪਨੀ ਲਓ ਜਿਹਨੂੰ ਪਹਿਲਾਂ ਡਿਸਕਾਊਂਟ ਪੂਰਾ ਮਿਲਿਆ ਹੋਵੇ ਅੱਛਾ ਜੀ 4-5 ਸਾਲ ਪੁਰਾਣੀ ਜੀ ਉਹ ਕੰਪਨੀ 20,000 ਚ 25,000 ਚ ਬਾਏ ਕਰੋ ਇੰਸ਼ੋਰੈਂਸ ਉੱਥੇ ਸ਼ਿਫਟ ਕਰੋ ਜੀ ਤੇ ਤੁਹਾਡਾ ਪ੍ਰੀਮੀਅਮ ਵੀ ਘੱਟ ਜਾਂਦਾ ਡਰਾਈਵਰ ਵੀ ਹਾਇਰ ਹੋ ਰਹੇ ਨੇ ਪਰ ਜੇ ਆਪਾਂ ਲੌਂਗ ਟਰਮ ਦੇਖੀਏ ਉਹਦਾ ਬੈਨੀਫਿਟ ਤਾਂ BC ਗਵਰਨਮੈਂਟ ਨੂੰ ਚਲਾ ਗਿਆ ਜੀ ਜਾਂ ਉੱਥੇ ਦੀ ਇੰਸ਼ੋਰੈਂਸਾਂ ਨੂੰ ਚਲਾ ਗਿਆ ਹਾਂਜੀ ਤਾਂ ਇੱਕ ਤੁਹਾਡਾ ਜਿਹੜਾ ਏਸ਼ੀਆ TV ਤੇ ਲੈ ਕੇ ਆਉਣ ਦਾ ਤੇ ਬੜਾ ਵਧੀਆ ਉਪਰਾਲਾ ਤੇ ਸਾਨੂੰ ਵੀ ਇੱਕ ਸਟੇਜ ਮਿਲੀ ਵੀ ਅਸੀਂ ਵੀ ਆਪਣੀ ਗੱਲ ਕਿਤੇ ਅੱਗੇ ਰੱਖ ਸਕੀਏ ਬਿਲਕੁਲ ਭਾਜੀ ਸਾਡੀ ਵੈਸੇ ਗੱਲ ਚੱਲ ਵੀ ਰਹੀ ਆ ਹਾਂਜੀ ਭਾਜੀ ਜਦੋਂ ਮਰਜ਼ੀ ਜੀ ਤੁਸੀਂ ਹੁਕਮ ਕਰ ਸਕਦੇ ਹੋ ਤੇ ਆਪਣੇ ਦਿਲ ਦੀ ਗੱਲਬਾਤ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹਾਂਜੀ ਧੰਨਵਾਦ ਬਾਈ ਜੀ ਏਦਾਂ ਮਤਲਬ ਏਦਾਂ ਦੀ ਸਟੇਜਾਂ ਮਿਲਣ ਤੇ ਫਿਰ ਗਵਰਨਮੈਂਟ ਤੱਕ ਗੱਲ ਜਾਵੇ ਕਿਉਂਕਿ ਸਾਡੀ ਜਿਹੜੀ ਛੋਟੀ ਕੰਪਨੀ ਵਾਲੇ ਕਈ ਵੀਰ ਨੇ ਜਿੱਦਾਂ 5 ਤੋਂ ਲੈ ਕੇ ਹਾਂਜੀ ਆਪਾਂ ਛੋਟੀ ਨਹੀਂ ਕਹਿ ਸਕਦੇ ਮਤਲਬ ਕਿ ਆ ਮਿਲੀਅਨਸ ਆਫ ਡਾਲਰ ਉਹਨਾਂ ਦੇ ਸਪੈਂਡ ਕੀਤੇ ਹੋਏ ਨੇ ਇਨ ਦਾ ਸੈਂਸ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ 100-200 ਟਰੱਕਾਂ ਵਾਲਿਆਂ ਦੇ ਉਹਨਾਂ ਦੇ ਕੰਪੈਰੇਟਿਵ ਉਹ ਛੋਟੇ ਕਹਿ ਸਕਦੇ ਆਪਾਂ ਤਾਂ ਜਿਹੜੀ ਉਹ ਕੰਪਨੀਆਂ ਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਨਾਲ ਗੱਲ ਵੀ ਚੱਲ ਰਹੀ ਹੈ ਵੀ ਅਸੀਂ ਇੱਕ ਬੈਨਰ ਥੱਲੇ ਆਈਏ ਜੀ ਉਹਦੇ ਤੋਂ ਅਸੀਂ ਮੈਸੇਜ ਕਨਵੇ ਕਰੀਏ ਸਾਡੀ ਕੋਈ ਮੀਟਿੰਗ ਹੋਵੇ ਅਲਬਰਟਾ ਗਵਰਨਮੈਂਟ ਨਾਲ ਉਹਨਾਂ ਨੂੰ ਅਸੀਂ ਮੁਸ਼ਕਲਾਂ ਦੱਸ ਸਕੀਏ ਨਵੇਂ ਡਰਾਈਵਰਾਂ ਬਾਰੇ ਇੰਸ਼ੋਰੈਂਸ ਦੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਜੀ ਤਾਂ ਮੇਰੇ ਖਿਆਲ ਵੀ ਆਉਂਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਵਧੀਆ ਹੱਲ ਜ਼ਰੂਰ ਨਿਕਲੂਗਾ ਅਸੀਂ ਵੀ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਵੀ ਤੁਹਾਡੀ ਗੱਲ ਦਾ ਹੱਲ ਲੱਭੇ ਚੁੱਪਿਆ ਜਾਵੇ ਕਿਉਂਕਿ ਬਹੁਤ ਵੱਡੀ ਪ੍ਰੋਬਲਮ ਆ ਟਰੱਕ ਇੰਡਸਟਰੀ ਵਾਸਤੇ ਵੀ ਨਵਾਂ ਬੰਦਾ ਲਾਇਸੈਂਸ ਲੈਂਦਾ ਲੇਕਿਨ ਉਹ ਡਰਾਈਵਿੰਗ ਨਹੀਂ ਕਰ ਸਕਦਾ 2 ਸਾਲ ਲਈ ਉਹਨੂੰ ਹਾਇਰ ਨਹੀਂ ਕਰਦਾ ਕੋਈ ਜੀ ਬਿਲਕੁਲ ਤੇ ਨਵਾਂ ਲੈਂਦਾ ਵੀ ਦੇਖੋ ਕਿਸ ਕੋਸਟ ਤੇ ਆ ਆਲਮੋਸਟ $10,000 ਲਾ ਕੇ ਜੀ ਤੇ ਉਹਨੂੰ ਉਹਦੀ ਮਨਪਸੰਦ ਜੌਬ ਫੇਰ ਨਹੀਂ ਮਿਲਦੀ ਉਹਨੂੰ ਹਾਇਰ ਨਹੀਂ ਕੀਤਾ ਜਾਂਦਾ ਕੰਪਨੀ ਵੱਲੋਂ ਕੰਪਨੀ ਦੀ ਮਜਬੂਰੀ ਆ ਮਜਬੂਰੀ ਇਸ ਲਈ ਆ ਇੰਸ਼ੋਰੈਂਸ ਅਲਾਓ ਨਹੀਂ ਕਰਦੀ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ
ਗਵਰਨਮੈਂਟ ਕਹਿੰਦੀ ਆ ਵੀ ਅਸੀਂ ਇਹ ਸਰਟੀਫਾਈਡ ਕਰਤਾ ਬੰਦਾ ਟਰੱਕ ਚਲਾ ਸਕਦਾ, ਹਾਂਜੀ ਇਹ ਆਪਦਾ ਕੈਰੀਅਰ ਸ਼ੁਰੂ ਕਰ ਸਕਦਾ ਵਾ ਜੀ ਭਾਜੀ। 2 ਸਾਲ ਤੱਕ ਤਾਂ ਭਾਜੀ ਜੇ ਤੁਸੀਂ ਯਕੀਨ ਮੰਨੋ ਜੇ ਕੋਈ ਬੰਦਾ ਟਰੱਕ ਚਲਾਉਂਦਾ ਵਾ 2 ਸਾਲ ਉਹਨੇ ਡਰਾਈਵਿੰਗ ਕਰ ਲਈ, ਉਹ ਇਨਫ ਮਨੀ ਆਪਦੀ ਜੋੜ ਲੈਂਦਾ ਤਾਂ ਉਹ ਤੋਂ ਬਾਅਦ ਉਹ ਆਪਦਾ ਟਰੱਕ ਪਾਉਣ ਜੋਗਾ ਹੋ ਜਾਂਦਾ। ਬਿਲਕੁਲ ਜੀ ਬਿਲਕੁਲ ਭਾਜੀ। ਪਰ ਇੱਥੇ ਹਾਂਜੀ ਪਰ ਇੰਸ਼ੋਰੈਂਸ ਕਹਿੰਦੀ 2 ਸਾਲ ਤਾਂ ਤੁਸੀਂ ਜੀ ਐਕਸਪੀਰੀਅੰਸ ਲੈ ਕੇ ਆਓ ਪਹਿਲਾਂ। ਹੁਣ ਇਹ ਸਮਝ ਤੋਂ ਬਾਹਰ ਹੋਇਆ ਸਾਡੇ ਵੀ ਐਕਸਪੀਰੀਅੰਸ ਜੇ ਬੰਦਿਆਂ ਨੂੰ ਦਵਾਉਣਾ ਤਾਂ ਕਿੱਥੋਂ ਦਵਾਇਆ ਜਾਵੇ ਜੀ, ਜਦੋਂ ਇੰਸ਼ੋਰੈਂਸ ਕੋਈ ਹਾਇਰ ਹੀ ਨਹੀਂ ਕਰਦੀ ਤੂੰ ਟਰੱਕ ਤੇ ਕਿੱਦਾਂ ਚੜਨਗੇ ਜੀ। ਬੰਦ ਹੋ ਗਈ ਆ ਜਿਹੜੀ ਵਰਕ ਪਰਮਿਟ ਬੰਦ ਹੋ ਗਿਆ ਪਿਛਲੇ ਮਹੀਨੇ ਤੋਂ ਹਾਂਜੀ, ਤੇ ਇਹਦੇ ਲਈ ਹੁਣ ਕੋਈ ਨਾ ਕੋਈ ਚਾਰਾ ਜੋਈ ਕਰਨੀ ਪੈਣੀ ਆ ਜੀ, ਅਸੀਂ ਵੀ ਕਰ ਰਹੇ ਹਾਂ। ਤੇ ਤੁਹਾਡੇ ਟੀਵੀ ਦਾ ਬੜਾ ਧੰਨਵਾਦ ਜਿਹੜਾ ਤੁਸੀਂ ਮੌਕਾ ਵੀ ਦਿੱਤਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ, ਤੇ ਅਸੀਂ ਵੀ ਆਉਂਦੇ ਦਿਨਾਂ ਵਿੱਚ ਟਰਾਈ ਕਰਦੇ ਹਾਂ ਕਿ ਕਿਸੇ ਨਾ ਕਿਸੇ ਸਾਡੇ ਲੀਡਰ ਨੂੰ, ਕਿਉਂਕਿ ਉਹ ਸਾਡੇ ਹੀ ਚੁਣੇ ਹੋਏ ਨੁਮਾਇੰਦੇ ਨੇ, ਬਿਲਕੁਲ ਜੀ ਸਾਡੀ ਗੱਲ ਅੱਗੇ ਅਸੈਂਬਲੀ ਤੱਕ ਲੈ ਕੇ ਜਾਣ ਤੇ ਉਹ ਇੰਸ਼ੋਰੈਂਸ ਵਾਲਿਆਂ ਨਾਲ ਬੈਠ ਕੇ ਇਹ ਸਾਡੀ ਸਮੱਸਿਆ ਦਾ ਹੱਲ ਕਰਵਾਉਣ। ਬਹੁਤ ਮਿਹਰਬਾਨੀ ਭਾਜੀ ਤੁਹਾਡੀ, ਤੁਸੀਂ ਸਮਾਂ ਦਿੱਤਾ ਕਿਉਂਕਿ ਸਿਟੀ ਤੋਂ ਬਾਹਰ ਸੀਗੇ, ਇਸ ਕਰਕੇ ਜਦੋਂ ਵੀ ਵਾਪਸ ਆਉਂਦੇ ਹਾਂ ਤੁਸੀਂ ਅਤੇ ਸਟੂਡੀਓ ਆ ਕੇ ਕਿ ਗੱਲਬਾਤ ਵੀ ਕਰਾਂਗੇ। ਜ਼ਰੂਰ ਭਾਜੀ, ਤੁਹਾਡਾ ਤੇ ਨਰਿੰਦਰ ਜੀ ਦਾ ਤੇ ਏਸ਼ੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਭਾਜੀ ਤੁਹਾਡੀ, ਬਹੁਤ ਧੰਨਵਾਦ ਤੁਹਾਡਾ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਜੀ ਇੰਦਰ ਗਰੇਵਾਲ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ। ਇਹ ਇਸ ਟਾਈਮ ਅਮੈਰੀਕਾ ਗਏ ਹੋਏ ਸੀ, ਸਾਡੀ ਵੀਕਐਂਡ 'ਤੇ ਕੱਲ੍ਹ ਗੱਲਬਾਤ ਹੋਈ ਸੀ, ਤਾਂ ਕਹਿੰਦੇ ਸੀ ਵੀ ਜੇ ਮੈਂ ਲੋਡ ਲੈ ਕੇ ਗਿਆ ਤਾਂ ਤੁਹਾਡੇ ਨਾਲ ਫਿਰ ਗੱਲ ਮੈਂ ਉੱਥੋਂ ਕਰੂੰਗਾ, ਨਹੀਂ ਤਾਂ ਮੈਂ ਤੁਹਾਡੇ ਕੋਲ ਸਟੂਡੀਓ ਆਊਂਗਾ। ਬਹੁਤ ਵੱਡੀ ਸਮੱਸਿਆ ਆ ਹੀਰ ਸਾਹਿਬ। ਬਿਲਕੁਲ ਜੀ, ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਆਪਾਂ ਲਾਇਸੈਂਸ ਲੈ ਲੈਂਦੇ ਹਾਂ, ਹਾਂਜੀ 2 ਸਾਲ ਦਾ ਐਕਸਪੀਰੀਅੰਸ ਨਹੀਂ ਹੁੰਦਾ, ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਤੁਸੀਂ ਹਾਇਰ ਨਹੀਂ ਕਰ ਸਕਦੇ, ਗੌਰਮੈਂਟ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਸਰਟੀਫਾਈਡ ਕਰਤਾ, ਇਹ ਲਾਇਸੈਂਸ ਦੇ ਦਿੱਤਾ ਗਿਆ ਅਤੇ ਤੁਸੀਂ ਇਹਨੂੰ ਹਾਇਰ ਕਰ ਸਕਦੇ ਹਾਂ, ਇਹ ਬੰਦਾ ਸਪਾਲਟ ਹੋ। ਬਿਲਕੁਲ, ਤਾਂ ਵੀ ਸਾਹਿਬ ਗੱਲ ਇੱਦਾਂ ਵੀ ਇੰਸ਼ੋਰੈਂਸ ਕੰਪਨੀ ਉਹ ਜਿਹੜਾ ਇੰਪਲੋਇਰ ਉਹ ਹਾਇਰ ਤਾਂ ਨਹੀਂ ਕਰਦਾ, ਹਾਂਜੀ, ਕਿਉਂਕਿ 2 ਸਾਲ ਤੋਂ ਘੱਟ ਐਕਸਪੀਰੀਅੰਸ ਹੋਣ ਕਰਕੇ ਉਹਨਾਂ ਦੀ ਇੰਸ਼ੋਰੈਂਸ ਬਹੁਤ ਅੱਪ ਚਲੇ ਜਾਂਦੀ। ਨਹੀਂ ਉਹ ਤਾਂ ਬਿਲਕੁਲ ਠੀਕ ਆ, ਪਰ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਆ ਵੀ ਅਲਵਰਟਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਟਰੈਕਿੰਗ ਜਿਹੜੀ ਇੰਡਸਟਰੀ ਦੇ ਮਾਲਕ ਵਾ ਉਹ ਵੀ ਚਿੰਤਤ ਵਾ। ਬਿਲਕੁਲ, ਕਿਉਂਕਿ ਡਰਾਈਵਰਾਂ ਦੀ ਸ਼ੋਰਟੇਜ ਆ ਰਹੀ ਆ। ਹਾਂਜੀ ਬਿਲਕੁਲ, LMI ਬੰਦ ਹੋਈਆਂ ਪਈਆਂ। ਹਾਂਜੀ ਬਿਲਕੁਲ, ਤੇ ਜਿਹੜਾ ਆਪਣਾ ਇੰਸ਼ੋਰੈਂਸ ਵਾ ਉਹ ਜ਼ਿਆਦਾ ਆ। ਹਾਂਜੀ, ਤੇ ਇਹਦੇ ਕਰਕੇ ਉਹਨਾਂ ਨੂੰ ਫਿਰ ਜਿੱਦਾਂ ਵਿਨੀਪੈਗ ਵਾ ਜਾਂ ਮੈਨੀਟੋਬਾ ਹੋਰ ਸਟੇਟਾਂ ਦੇ ਵਿੱਚ ਜਾ ਕੇ ਕੰਪਨੀਆਂ ਰਜਿਸਟਰਡ ਕਰਾ ਕੇ ਪਲੇਟਾਂ ਉੱਥੇ ਦੀਆਂ ਬਣਾਉਣੀਆਂ ਪੈ ਰਹੀਆਂ। ਹਾਂਜੀ, ਤੇ ਜੇ ਕੰਪਨੀ ਦੀਆਂ ਪਲੇਟਾਂ ਹੀ ਉੱਥੋਂ ਰਿਨਿਊ ਹੋਣ ਲੱਗ ਪਈਆਂ ਤੇ ਆਟੋਮੈਟਿਕ ਭਾਜੀ ਇਕਨੋਮੀ ਨੂੰ ਇੱਥੇ ਵੀ ਫਰਕ ਪੈ ਗਿਆ। ਬਿਲਕੁਲ ਜੀ, ਬਿਜ਼ਨਸ ਸਾਰਾ ਉੱਥੇ ਜਾਣਾ, ਉੱਥੇ ਚਲਾ। ਹਾਂਜੀ ਬਿਲਕੁਲ, ਠੀਕ ਹੈ ਨਾ ਜੀ। ਇਸ ਕਰਕੇ ਅਸੀਂ ਵੀ ਗੌਰਮੈਂਟ ਨੂੰ ਅਪੀਲ ਕਰਾਂਗੇ ਵੀ ਇਹਦਾ ਕੋਈ ਹੱਲ ਲੱਭਿਆ ਜਾਵੇ, ਜੋ ਸਾਡੇ ਨੁਮਾਇੰਦੇ ਚੁਣੇ ਗਏ ਆ ਉਹ ਵੀ ਆਵਾਜ਼ ਉਠਾਉਣ। ਬਿਲਕੁਲ, ਕਿਉਂਕਿ ਸਾਡੇ ਇਹ ਭਰਾ ਜਿਹੜੇ ਆ ਜਿਨ੍ਹਾਂ ਨੇ, ਦੇਖੋ ਟਰੱਕਿੰਗ ਕੰਪਨੀ ਇੱਦਾਂ ਦੀ ਆ ਵੀ ਜਿਹਦੇ ਸਿਰ ਦੇ ਉੱਤੇ ਕੋਵਿਡ ਦੌਰਾਨ ਵੀ ਹਾਂਜੀ ਬਹੁਤ ਵੱਡੀ ਸਪੋਰਟ ਰਹੀ ਆ, ਕਿਉਂਕਿ ਜੇ ਸਮਾਨ ਹੀ ਨਾ ਖਾਣ ਪੀਣ ਵਾਲਾ ਆਉਂਦਾ ਹਾਂਜੀ ਤੇ ਭਾਜੀ ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਜਾਣੀ ਸੀ। ਬਿਲਕੁਲ ਭਾਜੀ, ਆਪਣੇ ਸਾਨੂੰ ਆਪਣੇ ਜਿੰਨੇ ਵੀ ਸਾਡੇ ਡਰਾਈਵਰ ਵੀਰ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਵੀ ਜਿਹੜਾ ਟਰਾਂਸਪੋਰਟੇਸ਼ਨ ਜਿਹੜੀ ਚਾਲੂ ਰੱਖੀ ਤੇ ਸਮਾਨ ਜਿਹੜਾ ਹੈ ਇੱਕ ਥਾਂ ਤੋਂ ਦੂਜੀ ਥਾਂ ਈਸਟ ਟੂ ਵੈਸਟ, ਵੈਸਟ ਟੂ ਈਸਟ ਜਿਨ੍ਹਾਂ ਨੇ ਪਹੁੰਚਾਇਆ। ਬਿਲਕੁਲ, ਤੇ ਜਿਨ੍ਹਾਂ ਕਰਕੇ ਸਾਡੇ ਜਿਹੜਾ ਹੈਗਾ ਗਰੋਸਰੀ ਦਾ ਸਮਾਨ ਸਾਡੇ ਘਰਾਂ ਤੱਕ ਪਹੁੰਚਿਆ ਜੀ। ਹਾਂਜੀ ਹਾਂਜੀ, ਤੇ ਹੁਣ ਗੱਲ ਕਰਦੇ ਹਾਂ ਜੀ, ਗੁਰਦਾਸ ਮਾਨ ਸਾਹਿਬ ਦਿੱਲੀ ਧਰਨੇ ਤੇ ਪਹੁੰਚੇ ਤਾਂ ਉਹਨਾਂ ਦੇ ਪਹੁੰਚਣ ਨਾਲ ਸਟੇਜ ਤੇ ਉਹਨਾਂ ਦੇ ਜਾਣ ਕਰਕੇ ਵੀ ਕੋਈ ਸਿਚੁਏਸ਼ਨ ਪੈਦਾ ਹੋਈ ਜਿਹੜੇ ਦੋ ਧੜਾਂ 'ਚ ਵੰਡੇ ਗਏ ਜੀ। ਬਿਲਕੁਲ ਭਾਜੀ, ਗੁਰਦਾਸ ਮਾਨ ਪੰਜਾਬੀ ਦਾ ਇੱਕ ਵੱਡਾ ਨਾਂ ਆ। ਹਾਂਜੀ, ਔਰ ਰਿਹਾ ਵੀ ਆ ਤੇ ਰਹਿਣਾ ਵੀ ਆ, ਜਿਹੜਾ ਇੱਕ ਵਾਰੀ ਬੰਦੇ ਨੂੰ ਮੁਕਾਮ ਹਾਸਲ ਹੋ ਜਾਏ ਉਹਨੂੰ ਚੇਂਜ ਨਹੀਂ ਕੀਤਾ। ਬਿਲਕੁਲ ਜੀ, ਬਾਬਾ ਬੋਰਡ ਕਹਿੰਦੇ ਜੀ ਇਹਨੂੰ। ਪਿਛਲੇ ਦਿਨੀ ਪਿਛਲੇ ਸਾਲ ਸੋਰੀ ਜਦੋਂ ਕੈਨੇਡਾ ਦੇ ਟੂਰ ਤੇ ਸੀਗੇ ਜਾਂ ਉਦੋਂ ਇੱਕ ਨਾ ਉਹਨਾਂ ਬਾਰੇ ਕੰਟਰੋਵਰਸੀ ਹੋ ਗਈ ਸੀਗੀ ਵੀ ਉਹਨਾਂ ਨੇ ਨਾ ਕੁਛ ਸ਼ਬਦਾਵਲੀ ਦੀ, ਹਾਂਜੀ ਹਾਂਜੀ, ਜਿਹਨੂੰ ਲੈ ਕੇ ਉਹ ਸਟੇਜ ਦੇ ਉੱਤੇ ਵੀ ਕੁਛ ਇੱਦਾਂ ਦਾ ਬੋਲ ਗਏ ਜਿਹਦੇ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਹੋਰ ਜਥੇਬੰਦੀਆਂ ਦੇ ਵਿੱਚ ਬੜਾ ਰੋਹ ਪਾਇਆ ਗਿਆ। ਬਿਲਕੁਲ, ਬੀਬੀ ਇਹ ਬੰਦੇ ਨੇ ਪੰਜਾਬੀ ਦੇ ਬਾਰੇ ਕੀ ਬੋਲਿਆ ਤੇ ਹਿੰਦੀ ਬਾਰੇ ਕੀ ਬੋਲਿਆ। ਹਾਂਜੀ ਹਾਂਜੀ, ਹੁਣ ਉਹ ਭਾਜੀ ਕੱਲ੍ਹ ਪਹੁੰਚ ਗਏ ਆਪਣੇ ਬੇਟੇ ਦੇ ਨਾਲ ਉੱਥੇ ਸੰਘੂ ਬਾਰਡਰ ਤੇ ਜਿੱਥੇ ਧਰਨੇ ਚੱਲ ਰਹੇ ਆ, ਸੰਘਰਸ਼ ਚੱਲ ਰਿਹਾ ਕਿਸਾਨ ਭਰਾਵਾਂ ਦਾ। ਹਾਂਜੀ ਹਾਂਜੀ, ਉੱਥੇ ਜਾ ਕੇ
ਸੰਗਤ ਦੇ ਵਿੱਚ ਬਹਿ ਗਿਆ, ਜਾਣੀ ਆਪਣੇ ਭਰਾਵਾਂ ਦੇ ਜਿਹੜੇ ਸੀਗੇ ਕਿਸਾਨ ਭਰਾ ਉਹਨਾਂ ਦੇ ਵਿੱਚ ਜਾ ਕੇ ਬਹਿ ਗਿਆ। ਅਤੇ ਮੀਡੀਆ ਵਾਲਿਆਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਕੁਛ ਉਹ ਆਪਣੇ ਅੰਦਰੋਂ ਗੱਲਬਾਤ ਕੱਢਣ ਬਾਹਰ ਕਹਿਣ, ਕਿਉਂਕਿ ਜਦੋਂ ਬੰਦੇ 'ਤੇ ਇੱਕ ਵਾਰੀ ਕੰਟਰੋਵਰਸੀ ਹੁੰਦੀ ਹੈ ਨਾ ਭਾਜੀ, ਉਹ ਮੁੜ ਕੇ ਫਿਰ ਉੱਥੇ ਕੀ ਆ ਜਾਂਦਾ ਕੰਮ ਜਦੋਂ ਮੀਡੀਆ ਲਾ ਪੈਂਦਾ ਖਿੱਚਣ, ਭਾਵੇਂ ਕੋਈ ਵੀ ਹੋਵੇ। ਬਿਲਕੁਲ ਜੀ। ਪਰ ਉਹਨਾਂ ਨੇ ਇੱਕੋ ਗੱਲ ਕਹੀ ਵੀ ਉਦਾਹਰਨ ਕੀ ਦਿੱਤੀ, ਦੇਖੋ ਉਹ ਕਹਿੰਦਾ ਵੀ ਮੈਂ ਆਪਣੀ ਮਾਂ ਨੂੰ ਤਾਂ ਮਾਂ ਕਹਿ ਸਕਦਾ, ਤੁਹਾਡੀ ਮਾਂ ਨੂੰ ਤਾਂ ਮੈਂ ਮਾਸੀ ਕਹੂੰਗਾ ਨਾ ਉਹ। ਬਿਲਕੁਲ ਨਾ, ਆਪਣੀ ਮਾਂ ਨੂੰ ਮੈਂ ਮਾਸੀ ਨਹੀਂ ਕਹਿ ਸਕਦਾ। ਹਾਂਜੀ। ਇਸ ਕਰਕੇ ਜਿਹੜੀ ਮੈਂ ਗੱਲ ਕੀਤੀ ਸੀ ਉਹ ਹਿੰਦੀ ਦੀ ਕੀਤੀ ਸੀ, ਵੀ ਇਹ ਸਾਡੀ ਮਾਸੀ ਆ, ਉਰਦੂ ਵੀ ਸਾਡੀ ਮਾਸੀ ਆ, ਤੇਲਗੂ ਜਾਣੀ ਜੋ ਵੀ ਆ ਦੂਜੀ ਭਾਸ਼ਾ ਕੋਈ ਵੀ ਆ ਉਹ ਸਾਡੀ ਮਾਸੀ। ਹਾਂਜੀ ਹਾਂਜੀ। ਪਰ ਇੱਕ ਗੱਲ ਜ਼ਰੂਰ ਨਾਲ ਇਹ ਵੀ ਕਹੀ ਸੀ ਵੀ ਜਿਸ ਸਟੇਟ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਏਰੀਏ ਦੀ ਜਾਂ ਸਟੇਟ ਦੀ ਲੈਂਗੁਏਜ ਸਾਨੂੰ ਆਉਣੀ ਜ਼ਰੂਰੀ ਆ। ਹਾਂਜੀ ਠੀਕ ਹੈ ਜੀ। ਪਰ ਉਹਨੂੰ ਲੋਕਾਂ ਨੇ ਤੋੜ ਮੋੜ ਕੇ ਕਹਿੰਦਾ ਕਿਸ ਤਰ੍ਹਾਂ ਹੋਰ ਤਰ੍ਹਾਂ ਪੇਸ਼ ਕੀਤਾ ਜਿਹੜਾ, ਪਰ ਉਹਦੇ ਬਾਰੇ ਮੈਂ ਉਦੋਂ ਸਪਸ਼ਟੀਕਰਨ ਤਾਂ ਨਹੀਂ ਦੇ ਸਕਿਆ ਕਿਉਂਕਿ ਮੇਰੀ ਸੁਣਦਾ ਹੀ ਕੋਈ ਨਹੀਂ ਸੀ। ਹਾਂਜੀ। ਵੀ ਕੁਛ ਪਰਸੈਂਟ ਲੋਕਾਂ ਨੇ, ਕੁਛ ਪਰਸੈਂਟ ਮੇਰੇ ਹੱਕ 'ਚ ਨਾਰਾ ਮਾਰਿਆ, ਬਾਕੀ ਸਾਰੇ ਮੇਰੇ ਉਲਟ ਸੀ। ਖਾਸ ਕਰਕੇ ਗਾਇਕੀ ਦੀ ਬਾਰੇ ਉਹਨੇ ਗੱਲ ਕੀਤੀ ਵੀ ਮੇਰੇ ਗਾਇਕਾਂ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਬਿਲਕੁਲ ਤਾਮੀ ਸਾਹਿਬ, ਦੇਖੋ ਦੁੱਖ ਤਾਂ ਬੰਦੇ ਨੂੰ ਹੁੰਦਾ ਆ, ਪਰ ਗੱਲ ਇੱਦਾਂ ਕਿ ਤੁਸੀਂ ਹੁਣ ਜੋ ਕਹਿੰਦੇ ਹੁੰਦੇ ਪੰਜਾਬੀ 'ਚ ਆਪਾਂ ਕਹਿ ਦਿੰਦੇ ਕਿ ਜੋ ਬੀਜਾ ਵੱਢਣਾ ਤਾਂ ਉਹੀ ਆ। ਜੇ ਤੁਸੀਂ ਗਲਤ ਕੋਈ ਬਿਆਨਬਾਜ਼ੀ ਕੀਤੀ ਜਾਂ ਗਲਤ ਤੁਸੀਂ ਕਿਸੇ ਨੂੰ ਕਮੈਂਟ ਕੀਤਾ, ਹਾਂਜੀ, ਤੇ ਉਹਦਾ ਫਿਰ ਹਰਜ਼ਾਨਾ ਦਾ ਭੁਗਤਣਾ ਭਰਨਾ ਪੈਣਾ ਸੀ। ਬਿਲਕੁਲ। ਚਲੋ ਉਹਨਾਂ ਦੀਆਂ ਗਲਤੀਆਂ ਸੀਗੀਆਂ, ਉਹਨਾਂ ਨੂੰ ਭੁਗਤਣੀਆਂ ਪਈਆਂ, ਉਹ ਪਹੁੰਚੇ ਆ। ਸਾਡੇ ਪ੍ਰਵਾਸੀਆਂ ਨੇ ਵੀ ਉਹਦੇ ਬਾਰੇ ਗੱਲ ਕੀਤੀ ਆ ਵੀ ਚਲੋ ਦੇਰ ਆਏ ਦਰੁਸਤ ਆਏ, ਕਮ ਸੇ ਕਮ ਇਸ ਲਈ ਸਾਨੂੰ ਜਿੱਦਾਂ ਕਹਿੰਦੇ ਨੀ ਹੁੰਦੇ ਵੀ ਤਿਣਕੇ ਨਾਲ ਭਰਨ ਵਾਲੀ ਗੱਲ ਆ। ਹਾਂਜੀ। ਉਹਨਾਂ ਨੇ ਕਿਹਾ ਵੀ ਹੁਣ ਇਸ ਲਈ ਉਹ ਪਹੁੰਚ ਗਏ ਆ, ਤੇ ਸਾਨੂੰ ਬੜੀ ਖੁਸ਼ੀ ਆ ਵੀ ਚਲੋ ਉਹਨਾਂ ਨੇ ਵੀ ਸਾਡੇ ਸਮਰਥਨ ਕੀਤਾ। ਠੀਕ ਹੈ ਜੀ। ਫਿਰ ਉਹਨਾਂ ਨੂੰ ਭਾਜੀ ਉੱਥੇ ਕਿਹਾ ਗਿਆ ਵੀ ਕੁਛ ਜਾਣੀ ਕਿ ਜਥੇਬੰਦੀਆਂ ਦੇ ਮੈਂਬਰਾਂ ਨੇ ਕਹਿੰਦੇ ਕਿਹਾ ਵੀ ਇਹਨਾਂ ਨੂੰ ਬੋਲਣ ਦਿੱਤਾ ਜਾਵੇ। ਹਾਂਜੀ। ਜਦੋਂ ਉਹ ਉੱਠ ਕੇ ਫਤਿਹ ਬੁਲਾਉਣ ਲੱਗੇ ਲੱਗੇ ਜਾਣ, ਤੇ ਉਹਨਾਂ ਨੂੰ ਫਿਰ ਰੋਕ ਲਿਆ ਗਿਆ। ਅੱਧੇ ਕੁ ਬੰਦਿਆਂ ਨੇ ਉਹਨੂੰ ਕਹਿਤਾ ਵੀ ਨਹੀਂ ਅਸੀਂ ਬੋਲਣ ਨਹੀਂ ਦੇਣਾ। ਹੁਣ ਇੱਥੋਂ ਇਹ ਸਾਬਤ ਹੁੰਦਾ ਵੀ ਜਥੇਬੰਦੀਆਂ ਦੇ ਵਿੱਚ ਵੀ ਧੜੇਬਾਜ਼ੀ ਹੈਗੀ ਆ। ਦੇਖੋ ਤਾਮੀ ਸਾਹਿਬ, ਧੜੇਬਾਜ਼ੀ ਤਾਂ ਦੇਖੋ ਹੈਗੀ ਆ, ਪਰ ਕਈ ਵਾਰੀ ਇਹ ਹਰ ਇੱਕ ਆਪਣੀ ਇਨਸਾਨੀ ਫਿਤਰਤ ਹੈ ਜੀ। ਕੋਈ ਬੰਦਾ ਗੱਲ ਨੂੰ ਛੇਤੀ ਮਾਫ਼ ਕਰ ਦਿੰਦਾ, ਕੋਈ ਗੱਲ ਨੂੰ ਨਹੀਂ ਮਾਫ਼ ਕਰਦਾ। ਪਰ ਸਾਡੇ ਪੰਜਾਬੀ ਇਹੀ ਕਹਿੰਦੇ ਆ ਵੀ ਉਹਨੂੰ ਮਾਫ਼ ਨਹੀਂ ਕਰਨਾ ਚਾਹੀਦਾ ਜੋ ਉਹਨੂੰ ਕੀਤਾ ਜਾਂ ਬੋਲਿਆ। ਹਾਂਜੀ। ਕਿਉਂਕਿ ਸਟੇਜ ਦੇ ਉੱਤੇ ਜਦੋਂ ਪ੍ਰੋਗਰਾਮ ਇੱਥੇ ਚੱਲਦੇ ਸੀ ਤੇ ਉਹਨਾਂ ਨੇ ਮੋਹਰੇ ਸਾਡੇ ਬੱਚੇ ਵੀ ਬੈਠੇ ਸੀਗੇ, ਸਾਡੀਆਂ ਭੈਣਾਂ ਵੀ ਮਾਤਾਵਾਂ ਵੀ ਬੈਠੀਆਂ ਸੀਗੀਆਂ, ਹਨਾ, ਤੇ ਉਹਨਾਂ ਨੇ ਜਿਹੜੀਆਂ ਲਫ਼ਜ਼ ਵਰਤੇ ਆ ਵੀ ਉਹਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੀ। ਨਹੀਂ ਫਿਰ ਉਹਨਾਂ ਨੂੰ ਉੱਠਣ ਵੀ ਤਾਂ ਹੀ ਨਹੀਂ ਦਿੱਤਾ। ਹਾਂਜੀ। ਨਹੀਂ ਉੱਠ ਪਏ ਸੀਗੇ, ਉੱਠ ਕੇ ਆ ਕੇ ਜਿੱਦਾਂ ਫਿਰ 2-4 ਕਰਮ ਗਾਹ ਜਾ ਕੇ ਫਿਰ ਵਾਪਸ ਆ ਗਏ। ਉਹ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਹੀ ਫਤਿਹ ਬੁਲਾਉਣੀ ਪਈ, ਉਹ ਮੁੜ ਕੇ ਵਿੱਚ ਬਹਿ ਗਏ। ਠੀਕ ਹੈ। ਠੀਕ ਹੈ ਜੀ। ਲੇਕਿਨ ਜਿਹੜੀ ਉਸ ਚੀਜ਼ ਦੇ ਵਿੱਚ ਇੱਕ ਗੱਲ ਜਿਹੜਾ ਸਟੇਜ ਸੈਕਟਰੀ ਨੇ ਕੀਤਾ ਵੀ ਚਲੋ ਆਏ ਤਾਂ ਹੈ, ਹਾਂਜੀ, ਭਾਵੇਂ ਦੇਰ ਨਾਲ ਹੀ ਆਏ ਸਹੀ। ਦੇਖੋ ਜੀ, ਇੱਕ ਨਾਂ ਜਿਹੜਾ ਸ਼ੁਰੂ ਤੋਂ ਹੈਗਾ, ਚਲੋ ਉਹ ਤਾਂ ਹੈਗਾ ਹੀ ਆ। ਇੱਕ ਬੜੀ ਵੱਡੀ ਇੱਕ ਕੁਐਸਚਨ ਸੀਗਾ ਕਿ ਗੁਰਦਾਸ ਮਾਨ ਬਾਕੀ ਸਾਰੇ ਆ ਗਏ, ਬਾਕੀ ਸਾਰੇ ਜਿੰਨੇ ਸਿੰਗਰ ਸੀਗੇ ਜਾਂ ਉਹਨਾਂ ਨੇ ਸਮਰਥਨ ਦਿੱਤਾ, ਗੁਰਦਾਸ ਮਾਨ ਸਾਹਿਬ ਕਿੱਥੇ? ਉਹ ਕਿੱਥੇ ਆ? ਰਾਈਟ। ਇਹ ਕਿਤੇ ਨਾ ਕਿਤੇ ਹਰ ਕਿਤੇ ਦਿਮਾਗ 'ਚ ਗੱਲ ਸੀਗੀ, ਤੇ ਉਹਨਾਂ ਨੇ ਵੀ ਚਲੋ ਆਪਣੀ ਹਾਜ਼ਰੀ ਲਵਾਤੀ ਆ। ਬਾਕੀ ਗਾਂ ਜਿਹੜੇ ਪ੍ਰਬੰਧਕ ਆ ਜਾਂ ਬਾਕੀ ਜਨਤਾ ਆ, ਜੋ ਉਹ ਉਹਨਾਂ ਨੇ ਜੋ ਉਹਨਾਂ ਨੇ ਝੋਲੀ ਪਾਉਣਾ ਸੀ ਉਹ ਪਾ ਤਾ। ਜੀ ਭਾਜੀ। ਪਰ ਵੱਡੀ ਗੱਲ ਉਹਨਾਂ ਨੇ ਜਿਹੜੀ ਕਹੀ ਆ ਵੀ ਅੱਜ ਤੱਕ ਮੈਂ ਪੰਜਾਬੀ ਬਾਰੇ ਬਹੁਤ ਲਿਖਿਆ, ਬਹੁਤ ਗਾਇਆ, ਬਿਲਕੁਲ, ਲੇਕਿਨ ਉਹਦਾ ਕਿਸੇ ਨੇ ਧਿਆਨ ਨਹੀਂ ਰੱਖਿਆ। ਲੇਕਿਨ ਜਿਹੜੀ ਗੱਲ ਮੇਰੇ ਤੋਂ ਕਹਿ ਹੋ ਗਈ ਜਾਂ ਮੈਂ ਉਹਨੂੰ ਕਿਸੇ ਗਲਤ ਤਰੀਕੇ ਨਾਲ ਨਹੀਂ ਕਿਹਾ, ਪਰ ਉਹਨੂੰ ਚੀਜ਼ ਨੂੰ ਜ਼ਿਆਦਾ ਛਾਲਿਆ ਗਿਆ। ਹਾਂਜੀ। ਜਾਣੀ ਆਪਣਾ ਸਪਸ਼ਟੀਕਰਨ ਦੇ ਗਏ। ਸਭ ਤੋਂ ਵੱਡੀ ਗੱਲ ਸੀ ਵੀ ਪਹਿਲੀ ਵਾਰੀ ਪਬਲਿਕ ਦੇ ਵਿੱਚ ਜਾਣਾ ਬਹੁਤ ਔਖਾ ਲੱਗਣਾ ਸੀ। ਹਾਂਜੀ। ਸਮਾਂ ਇੱਦਾਂ ਦਾ ਸੀ ਵੀ ਉੱਥੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋ ਸਕਦੀ ਸੀ ਵੀ ਜਿਹੜਾ ਕਿ ਉਹਨਾਂ ਦਾ ਵਿਰੋਧ ਹੁੰਦਾ, ਜਾਂ ਉਹਨੂੰ ਘੇਰਦੇ। ਜੋ ਉਹਨਾਂ ਨੇ ਕਹਿਣਾ ਸੀ ਮਾੜਾ ਮੋਟਾ ਕਹਿਤਾ, ਆਪਣਾ ਝੱਗਾ ਝਾੜਤਾ। ਹਾਂ, ਝੱਗਾ ਝਾੜਤਾ। ਲੇਕਿਨ ਹੁਣ ਉਹਨਾਂ ਦੀ ਇਹ ਆ ਵੀ ਥੋੜੀ ਜਿਹੀ ਜਿਹੜੀ ਆ ਸਫਾਈ ਜਿਹੜੀ ਸੌਖਾ ਹੋ ਜੂਗਾ, ਜਿੱਦਾਂ ਬਸ ਇਹੀ ਆ ਐਂਟਰੀ ਜਿਹੜੀ ਦੂਜੀ ਵਾਰੀ ਸੌਖੀ ਹੋ ਜੂ ਜੀ। ਤੇ ਹੁਣ ਤਾਮੀ ਸਾਹਿਬ ਗੱਲ ਕਰਦੇ ਹਾਂ ਜੀ, ਆਪਣੇ ਕੈਨੇਡਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਦਸੰਬਰ ਖਤਮ ਹੋਣ ਤੋਂ ਪਹਿਲਾਂ ਜਿਹੜਾ ਵੈਕਸੀਨ ਹੈ ਜੀ ਉਹ ਕੈਨੇਡਾ 'ਚ ਪਹੁੰਚ ਜੂਗਾ। ਬਿਲਕੁਲ ਜੀ। ਅੱਜ ਸੋਮਵਾਰ ਆ, ਅੱਜ ਹੀ ਉਹਨਾਂ ਨੇ ਕਿਹਾ। ਠੀਕ ਹੈ ਜੀ। ਉਹ ਕਹਿੰਦੇ ਵੀ ਸਾਰਾ ਕੁਛ ਜਿਹੜਾ ਆ ਪ੍ਰਬੰਧ ਕੀਤਾ ਹੋ ਗਿਆ। ਹਾਂਜੀ। ਵੀ ਆਹ ਮਹੀਨੇ ਦੇ ਐਂਡ ਤੱਕ ਹਾਂਜੀ ਜਿਹੜੀਆਂ ਆ ਆਪਾਂ ਨੂੰ ਮਿਲ ਜਾਣਗੇ ਵੈਕਸੀਨੇਸ਼ਨ, ਜੋ ਵੀ ਮੈਡੀਸਨ ਹੈਗੀ ਆ ਵੀ ਉਹਦੀ ਅਪਰੂਵ ਹੋ ਗਈ ਆ। ਪਰ ਅੱਗੇ ਵੀ ਇੱਦਾਂ ਭਾਜੀ ਕਈ ਵਾਰੀ ਸਟੇਟਮੈਂਟਾਂ ਤਾਂ ਆ ਜਾਂਦੀਆਂ ਆ, ਪਰ ਇਹ ਆ ਵੀ ਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਜਸਟਿਨ ਟਰੂਡੋ ਨੇ ਬੜੇ ਦਾਅਵੇ ਨਾਲ ਗੱਲ ਕਹੀ ਆ। ਹਾਂਜੀ। ਠੀਕ ਹੈ ਜੀ। ਤਾਂ ਜੇ ਆ ਜਾਂਦੀ ਆ ਤਾਂ ਸੁੱਖ ਦਾ ਸਾਹ ਆ। ਦੇਖੋ ਜੀ, ਇਹ ਤਾਂ ਬਿਲਕੁਲ ਬੜੀ
ਸੁੱਖ ਖੁਸ਼ੀ ਦੀ ਖਬਰ ਹੈ ਕਹਿ ਲਓ ਵੀ ਇੰਨੇ ਚਿਰ ਦਾ ਦੁਖਾਂਤ ਦਸਾਂ ਮਹੀਨਿਆਂ ਦਾ ਹੋ ਆਲਮੋਸਟ 10 ਮਹੀਨੇ ਹੋ ਚੱਲੇ ਜੀ ਹਾਂਜੀ ਤੇ ਪਰ ਉਹ ਜਿਹੜੀ ਵੀ ਕੋਈ ਮੈਡੀਸਨ ਆ ਰਹੀ ਆ ਜਾਂ ਇੰਜੈਕਸ਼ਨ ਆਊਗਾ ਜਾਂ ਕੋਈ ਉਹ ਭਾਜੀ ਸਿਰਫ ਪਹਿਲਾਂ ਕਹਿੰਦੇ ਬਜ਼ੁਰਗਾਂ ਵਾਸਤੇ ਤੇ ਜਿਹੜੇ ਆਪਣੇ ਕੰਮ ਕਰਦੇ ਆ ਫਰੰਟਲਾਈਨ ਵਰਕਰ ਉਹਨਾਂ ਵਾਸਤੇ ਜ਼ਰੂਰੀ ਹੋਊਗਾ ਠੀਕ ਹੈ ਜੀ ਚਲੋ ਉਹਨਾਂ ਲਈ ਜ਼ਰੂਰੀ ਹੈ ਜੀ ਕਿਉਂਕਿ ਜਿਹੜਾ ਬੰਦਾ ਹੁਣ ਹਰ ਵੇਲੇ ਫਰੰਟ ਲਾਈਨ ਤੇ ਇਸ ਚੀਜ਼ ਨੂੰ ਜ਼ਿਆਦਾ ਫੇਸ ਕਰਦਾ ਹਾਂਜੀ ਉਹਨੂੰ ਪ੍ਰੋਟੈਕਸ਼ਨ ਦੀ ਜ਼ਿਆਦਾ ਲੋੜ ਆ ਹਾਂਜੀ ਤੇ ਬੜੀ ਖੁਸ਼ੀ ਆ ਚਲੋ ਬਜ਼ੁਰਗਾਂ ਲਈ ਤੇ ਫਰੰਟ ਲਾਈਨ ਵਰਕਰ ਜਿਹੜੇ ਆ ਉਹਨਾਂ ਲਈ ਜੇ ਇਹ ਮੁਹੱਈਆ ਹੁੰਦੇ ਆ ਤਾਂ ਬੜਾ ਚੰਗਾ ਪਹਿਲ ਕਦਮ ਚੰਗੀ ਇੱਕ ਚੰਗਾ ਕਦਮ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਭਾਜੀ ਤੇ ਹੁਣ ਗੱਲ ਕਰਦੇ ਹਾਂ ਜੀ ਆਪਣੇ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਮੁਸਲਮਾਨ ਸੀਗੇ ਹਾਂਜੀ ਉਹਨਾਂ ਨੇ ਭਰਾਵਾਂ ਨੇ ਆਪਣੇ ਕਹਿੰਦੇ ਨਮਾਜ਼ ਜਿਹੜੀ ਸੀਗੀ ਉਹ ਪੜ੍ਹੀ ਤੇ ਜਿਹੜੇ ਸਿੱਖ ਸੀਗੇ ਉਹ ਪ੍ਰੋਟੈਕਸ਼ਨ ਲਈ ਆਲੇ ਦੁਆਲੇ ਖੜੇ ਸੀਗੇ ਬਿਲਕੁਲ ਜੀ ਮੈਂ ਵੀ ਦੇਖਿਆ ਭਾਜੀ ਬੜਾ ਮਨ ਨੂੰ ਹੋਇਆ ਬਈ ਅਸੀਂ ਕਹਿ ਦਿੰਦੇ ਹਾਂ ਵੀ ਇਹ ਹਿੰਦੂ ਆ ਇਹ ਸਿੱਖ ਆ ਜਾਂ ਇਹ ਮੁਸਲਮਾਨ ਆ ਪਰ ਜਿੱਥੇ ਇਹ ਇਸ ਲਈ ਸੰਘਰਸ਼ ਚੱਲ ਰਿਹਾ ਉੱਥੇ ਕੋਈ ਜਾਤ ਪਾਤ ਦਾ ਨਾਂ ਨਹੀਂ ਗਾ ਉੱਥੇ ਸਿਰਫ ਇੱਕ ਏਕੇ ਦੀ ਗੱਲ ਚੱਲ ਰਹੀ ਆ ਕਿਉਂਕਿ ਬਾਕੀਆਂ ਸਟੇਟਾਂ ਤੋਂ ਵੀ ਆਏ ਆ ਯੂਪੀ ਤੋਂ ਵੀ ਸਾਰੇ ਪਹੁੰਚੇ ਹੋਏ ਆ ਅੱਜ ਉੱਥੇ ਆਪਣੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਵੀਰ ਪਹੁੰਚੇ ਸੀ ਉਹਨਾਂ ਨੇ ਉੱਥੇ ਸਵੇਰ ਦੀ ਜਿਹੜੀ ਆ ਨਵਾਜ਼ ਅਦਾ ਕੀਤੀ ਉੱਥੇ ਠੀਕ ਹੈ ਤੇ ਆਲੇ ਦੁਆਲੇ ਜਿਹੜੇ ਸਾਡੇ ਭਰਾ ਖੜੇ ਸੀਗੇ ਉਹ ਇੱਕ ਕਿਸਮ ਦੀ ਇਹ ਸੀ ਵੀ ਪ੍ਰੋਡਕਸ਼ਨ ਹੀ ਸਮਝ ਲਓ ਉਹਨਾਂ ਵਾਸਤੇ ਕਿਉਂਕਿ ਉਹ ਇਸ ਕਰਕੇ ਸੀਗਾ ਵੀ ਕਿਉਂਕਿ ਉਹ ਜਦੋਂ ਨਵਾਜ਼ ਪੜ੍ਹਦੇ ਆ ਨੀਵੇਂ ਹੁੰਦੇ ਆ ਤੇ ਆਲੇ ਦੁਆਲੇ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਰਾਰਤੀ ਬੰਦਾ ਇਲਤ ਕਰ ਸਕਦਾ ਸੀ ਹਾਂਜੀ ਹਾਂਜੀ ਬਿਲਕੁਲ ਲੇਕਿਨ ਉਹਨਾਂ ਨੇ ਵੀ ਦੁਆ ਕੀਤੀ ਆ ਹਾਂਜੀ ਹਾਂਜੀ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਕਿਉਂਕਿ ਉਹ ਵੀ ਸਾਡੇ ਇਸ ਦੁੱਖ ਦੇ ਵਿੱਚ ਸਾਰੇ ਭਰਾ ਇਕੱਠੇ ਹੋ ਰਹੇ ਆ ਬਿਲਕੁਲ ਜੀ ਬਿਲਕੁਲ ਜੀ ਹੁਣ ਇੱਥੇ ਵੀ ਇੱਦਾਂ ਹੀ ਸੀ ਭਾਜੀ ਜਿੱਥੇ ਵੀ ਸਾਰੇ ਭੈਣ ਭਰਾ ਇਕੱਠੇ ਹੀ ਆ ਹਾਂਜੀ ਕਿਉਂਕਿ ਇੱਥੇ ਵੀ ਕੋਈ ਫਰਕ ਨਹੀਂ ਗਾ ਬਿਲਕੁਲ ਜੀ ਹਾਂ ਜੇ ਕਿਸੇ ਦੇ ਮਨ 'ਚ ਹੋਊਗਾ ਤਾਂ ਮਰਜ਼ੀ ਉਹਦੀ ਮੈਂ ਤਾਂ ਕਹਿੰਦਾ ਪਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਉਹ ਸਾਰੇ ਵਧੀਆ ਹੀ ਰਹਿੰਦੇ ਆ ਸਾਰੇ ਇਕੱਠੇ ਹੀ ਆ ਬਿਲਕੁਲ ਦੇਖੋ ਤਾਮੀ ਸਾਹਿਬ ਜਿਹੜਾ ਕਿਸਾਨ ਅੰਦੋਲਨ ਹੈ ਨਾ ਜੀ ਹਾਂਜੀ ਉਹ ਇਕੱਲਾ ਕਿਸਾਨਾਂ ਦਾ ਹੀ ਅੰਦੋਲਨ ਨਹੀਂ ਹੈਗਾ ਕਿਸਾਨ ਮਜ਼ਦੂਰ ਜਿਹੜਾ ਦੇਖੋ ਜਿਹੜਾ ਫੂਡ ਪਹੁੰਚਣਾ ਉਹ ਸਾਰੇ ਮਤਲਬ ਉਹ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਉਹ ਕੋਈ ਵੀ ਆ ਬਿਲਕੁਲ ਉਹ ਪਹੁੰਚਣਾ ਸਾਰਿਆਂ ਦੇ ਘਰਾਂ 'ਚ ਬਿਲਕੁਲ ਰਾਈਟ ਤੇ ਜੇ ਹੁਣ ਉਹ ਉਹਨਾਂ ਦਾ ਸਾਥ ਹੁਣ ਨਾ ਦੇਣਗੇ ਤਾਂ ਕੱਲ ਨੂੰ ਉਹਨਾਂ ਨੂੰ ਉਹਦੇ ਜ਼ਿਆਦਾ ਗੰਭੀਰ ਸਿੱਟੇ ਭੁਗਤਣੇ ਪੈਣਗੇ ਬਿਲਕੁਲ ਜੀ ਇਹ ਗੱਲ ਬਿਲਕੁਲ ਸਹੀ ਆ ਤੁਹਾਡੀ ਸੋ ਉਹਨਾਂ ਨੂੰ ਸਾਥ ਜੇ ਹੁਣ ਮੈਂ ਤਾਂ ਕਹਿੰਦਾ ਕਿ ਸਾਰਾ ਪੂਰਾ ਦੇਸ਼ ਜਿਹੜਾ ਆ ਉਹ ਕਿਸਾਨ ਦੇ ਨਾਲ ਹੈਗਾ ਪਰ ਹਾਲੇ ਹੋਰ ਖੜਨ ਦੀ ਜ਼ਿਆਦਾ ਲੋੜ ਹੈ ਹਾਂਜੀ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੁਣ ਰਹਿ ਗਿਆ ਭਾਜੀ ਹੁਣ ਹਰ ਵਰਗ ਦਾ ਅੰਦੋਲਨ ਰਹਿ ਗਿਆ ਬਿਲਕੁਲ ਸਹੀ ਹੈ ਜੀ ਕਿਉਂਕਿ ਵਿਦੇਸ਼ਾਂ 'ਚ ਬੈਠੇ ਵੀ ਹਰ ਬੰਦਾ ਉਸ ਚੀਜ਼ ਨੂੰ ਲੈ ਕੇ ਚਿੰਤਤ ਵਾ ਹਾਂਜੀ ਹਰ ਭੈਣ ਭਰਾ ਜਿੱਥੇ ਜਿੱਥੇ ਵੀ ਕਿਸੇ ਦਾ ਕੋਈ ਰਿਸ਼ਤਾ ਆ ਉੱਥੇ ਹਾਂਜੀ ਹਰ ਬੰਦਾ ਕਹਿੰਦਾ ਆ ਸਪੋਰਟ ਵੀ ਸਾਰੇ ਕਰੀ ਜਾਂਦੇ ਅੰਦਰ ਖਾਤੇ ਫਾਈਨੈਂਸ਼ੀਅਲੀ ਵੀ ਕਰੀ ਜਾਂਦੇ ਆ ਸਾਰੇ ਕਰੀ ਜਾਂਦੇ ਆ ਲੇਕਿਨ ਹਜੇ ਤੱਕ ਜਿਹੜਾ ਕੋਈ ਰਸਤਾ ਆ ਹੁਣ ਜਿੱਦਾਂ ਕਹਿ ਨਹੀਂ ਦਿੰਦੇ ਵੀ ਉੱਪਰਲੇ ਲੈਵਲ ਤੱਕ ਅਸੀਂ ਪਹੁੰਚ ਚੁੱਕੇ ਹਾਂ ਐਲੇ ਰਿਜ਼ਲਟ ਆਉਣੇ ਵਾਲੇ ਆ ਜਿੱਤ ਪ੍ਰਾਪਤ ਹੋਣੇ ਵਾਲੀ ਆ ਪਰ ਹਜੇ ਤੱਕ ਵਿੱਚ ਬੰਦੇ ਸ਼ਰਾਰਤੀ ਵੀ ਉੱਥੇ ਤੁਰੇ ਫਿਰਦੇ ਆ ਉਹਨਾਂ ਤੋਂ ਵੀ ਉਹ ਸੁਚੇਤ ਰਹਿ ਰਹੇ ਆ ਬਹੁਤ ਜੀ ਮੈਂ ਕੱਲ੍ਹ ਇੱਕ ਸਤਾਮੀ ਸਾਹਿਬ ਇੱਕ ਵੀਡੀਓ ਦੇਖੀ ਸੀਗੀ ਉਹ ਰਾਤ ਨੂੰ ਠੀਕਰੀ ਪਹਿਰਾ ਦਿੰਦੇ ਆ ਹਾਂਜੀ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਆ ਵੀ ਤੁਸੀਂ ਰਾਤ ਨੂੰ ਕੋਈ ਸ਼ਰਾਰਤ ਨਾ ਕਰ ਜੇ ਕੋਈ ਟੈਂਟਾਂ ਦੇ ਵਿੱਚ ਨਾ ਆਵੜੇ ਕੋਈ ਮਤਲਬ ਉਹ ਚੀਜ਼ ਨੂੰ ਬੜਾ ਮੈਂ ਤਾਂ ਬੜਾ ਹੈਰਾਨ ਸੀਗਾ ਜੀ ਕਿ ਦੇਖੋ ਕਿੰਨਾ ਵਧੀਆ ਉਹਨਾਂ ਨੇ ਪ੍ਰਬੰਧ ਕੀਤਾ ਕਿ ਚਲੋ ਦਿਨੇ ਤਾਂ ਅਸੀਂ ਜਾਗਦੇ ਰਹਿੰਦੇ ਹਾਂ ਰਾਤ ਨੂੰ ਕੋਈ ਕੋਈ ਸ਼ਰਾਰਤ ਨਾ ਕਰ ਜੇ ਬਿਲਕੁਲ ਜੀ ਤੇ ਤਾਮੀ ਸਾਹਿਬ ਹੁਣ ਆਪਾਂ ਟਾਈਮ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜੇ ਕੋਵਿਡ 19 ਦੇ ਤਾਜ਼ਾ ਅੰਕੜੇ ਆਪਾਂ ਉਹ ਸ਼ੇਅਰ ਕਰੀਏ ਜੀ ਆਪਣੇ ਭਾਜੀ ਅੱਜ ਵੀ ਅੰਕੜੇ ਜਿਹੜੇ ਆ ਕਾਫੀ ਵਧੇ ਆ ਠੀਕ ਹੈ ਜੀ ਅੱਜ 1735 ਕੇਸ ਜਿਹੜੇ ਆ ਨਵੇਂ ਸਾਹਮਣੇ ਆਏ ਆ ਜੀ ਠੀਕ ਹੈ ਜੀ ਅਲਬਰਟਾ ਦੇ ਵਿੱਚ ਤੇ ਟੋਟਲ ਜਿਹੜੇ ਕੇਸ ਆ ਹਲੇ 70,000 ਤੇ 304 ਹੋ ਚੁੱਕੇ ਆ ਹਾਂਜੀ ਜੇ ਹੁਣ ਆਪਾਂ ਗੱਲ ਕਰੀਏ ਤੰਦਰੁਸਤ ਕੇਸਾਂ ਦੀ ਭਾਜੀ 49,000 ਤੇ 603 ਹੋ ਗਏ ਨੇ ਜੀ ਹਾਂਜੀ ਹੁਣ ਤੱਕ ਜਿਹੜੀਆਂ ਮੌਤਾਂ ਆ ਜੀ ਉਹ 631 ਤੱਕ ਪਹੁੰਚ ਗਈਆਂ ਭਾਜੀ ਠੀਕ ਹੈ ਜੀ ਤੇ ਜਿਹੜੇ ਐਕਟਿਵ ਕੇਸ ਆ ਜੀ ਉਹ 20,067 ਆ ਹਾਂਜੀ ਹਸਪੀਟਲ ਦੇ ਵਿੱਚ 609 ਦਾਖਲ ਨੇ ਹਾਂਜੀ 108 ਜਿਹੜੇ ਆ ਹੁਣ ICU 'ਚ ਭਾਜੀ ਗਿਣਤੀ ਵੱਧ ਰਹੀ ਆ ICU ਦੀ ਵੀ ਤਾਂ ਹਸਪੀਟਲ ਦੇ ਵਿੱਚ ਦਾਖਲ ਰਹਿੰਦੇ ਹਾਂਜੀ ਦਿਨ ਬ ਦਿਨ ਸਾਰਾ ਕੁਛ ਵਧੀ ਜਾ ਰਿਹਾ ਪਰਮਾਤਮਾ ਸਭ 'ਤੇ ਮਿਹਰ ਭਰਿਆ ਹੱਥ ਰੱਖੇ ਕੁਛ ਡਿਸਟੈਂਸ ਵਾਲਾ ਕੰਮ ਕੁਛ ਆਪਾਂ ਕਹਿ ਸਕਦੇ ਹਾਂ ਵੀ ਮਾਸਕ ਦੀ ਜਿਹੜੀ ਕਿ ਲੋਕ ਆਮ ਨਹੀਂ ਵਰਤੋਂ ਕਰਦੇ ਕਿਤੇ ਆਉਂਦੇ ਜਾਂਦੇ ਆ ਕਿਸੇ ਇਕੱਠ 'ਚ ਜਾਂਦੇ ਆ ਹੁਣ ਤਾਂ ਚਲੋ ਹੁਣ ਗਿਣਤੀ ਦਸਾਂ ਦੀ ਰਹਿ ਗਈ ਹਾਂਜੀ ਅਤੇ ਆਪਾਂ ਉਹ ਜ਼ਰੂਰ ਧਿਆਨ ਰੱਖੀਏ ਭਾਜੀ ਦੇਖੋ ਜੀ ਜਿਹੜੇ ਤੁਸੀਂ ਕਹਿੰਦੇ ICU ਜਾਂ ਜਿਹੜੇ ਹੋਸਪਿਟਲਸ ਆ ਉਹ ਆਪਣੇ ਹੁਣ ਇਸ ਵੇਲੇ ਪੀਕ 'ਤੇ ਪਹੁੰਚ ਚੁੱਕੇ ਆ ਉੱਥੇ ਜਿਹੜੀ ਹੈ ਕਪੈਸਿਟੀ ਬਿਲਕੁਲ ਜਿਹੜਾ ਸਟਾਫ ਆ ਉਹ ਓਵਰਲੋਡ ਹੋ ਚੁੱਕਾ ਆ ਤੇ ਸਾਨੂੰ ਹੁਣ ਸਾਰਿਆਂ ਨੂੰ ਰਲ ਮਿਲ ਕੇ ਨੰਬਰਸ ਜਿਹੜੇ ਆ ਉਹ ਥੱਲੇ ਲਿਆਉਣ ਦੀ ਸਾਨੂੰ ਕਿਉਂਕਿ ਇਹ ਫੈਲ ਵੀ ਸਾਡੇ ਅਸੀਂ ਜਿੱਦਾਂ ਕਹਿ ਲਓ ਸਾਡਾ ਕਹਿਣ ਤੋਂ ਭਾਵ ਆ ਵੀ
ਹਿਊਮਨ ਜਿਹੜਾ ਬੰਦਾ ਆ ਉਹ ਹੀ ਫੈਲਾ ਰਿਹਾ ਇਹਨੂੰ ਜੀ ਤੇ ਜੇ ਅਸੀਂ ਹੁਣ ਪ੍ਰੀਕੋਸ਼ਨਸ ਜਿਹੜੀਆਂ ਗਵਰਨਮੈਂਟ ਦੀਆਂ ਹੈਗੀਆਂ ਜੇ ਉਹਨਾਂ ਨੂੰ ਆਪਾਂ ਉਹਨਾਂ ਦਾ ਪਾਲਣ ਕਰਾਂਗੇ ਤਾਂ ਜ਼ਰੂਰ ਨੰਬਰ ਜਿਹੜੇ ਆ ਉਹ ਆਪਾਂ ਥੱਲੇ ਲਿਆ ਸਕਦੇ ਹਾਂ ਤੇ ਇਹ ਨੰਬਰ ਥੱਲੇ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਆ ਜੀ ਭਾਜੀ ਤੇ ਤਾਂ ਕਿ ਆਪਾਂ ਸਾਰੇ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਆਲੇ ਦੁਆਲੇ ਦਾ ਜਿਹੜਾ ਉਹ ਉਹਦੀ ਤੰਦਰੁਸਤੀ ਦਾ ਧਿਆਨ ਰੱਖ ਸਕੀਏ ਜੀ ਜੀ ਭਾਜੀ ਤੇ ਤਾਮੀ ਸਾਹਿਬ ਹੁਣ ਆਪਣੇ ਸਪੌਂਸਰਸ ਦਾ ਆਪਾਂ ਧੰਨਵਾਦ ਕਰੀਏ ਜੀ ਬਿਲਕੁਲ ਜੀ ਬਹੁਤ ਧੰਨਵਾਦ ਆ ਸਾਰੇ ਭੈਣਾਂ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਤੇ ਪਰਮਾਤਮਾ ਇੱਦਾਂ ਹੀ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦੇ ਬਿਜ਼ਨਸ 'ਚ ਵਾਧਾ ਵੀ ਹੋਵੇ ਬਿਲਕੁਲ ਜੀ ਠੀਕ ਆ ਜੀ ਸਭ ਤੋਂ ਵੱਡੀ ਤੰਦਰੁਸਤੀ ਆ ਹਾਂਜੀ ਠੀਕ ਆ ਜੀ ਤੇ ਕੁਛ ਸੱਜਣਾਂ ਨੇ ਅੱਜੇ ਜੁਆਇਨ ਕੀਤਾ ਜੀ ਸਾਨੂੰ ਨਵੇਂ ਬਿਜ਼ਨਸ ਦੇ ਨਾਲ ਹੈ ਨਾ ਜੀ ਠੀਕ ਹੈ ਜੀ ਅਤੇ ਉਹ ਵੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦਾ ਬਿਜ਼ਨਸ ਜਿਹੜਾ ਆ ਉਹ ਸ਼ੁਰੂ ਕਰ ਦਿਆਂਗੇ ਵਿੱਚ ਚੱਲਣ ਲੱਗ ਪਊਗਾ ਹੈ ਨਾ ਜੀ ਐਡ ਉਹਨਾਂ ਦੀ ਸ਼ੁਰੂ ਹੋ ਜੂਗੀ ਹਾਂਜੀ ਅਤੇ ਉਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਖੁਦ ਫੋਨ ਕਰਕੇ ਹਾਂਜੀ ਕਿ ਆਵੇ ਸਾਡੀ ਵੀ ਐਡ ਪਾ ਦਿਓ ਠੀਕ ਹੈ ਜੀ ਯਾਨੀ ਹਜੇ ਮੈਂ ਸੋਚਦਾ ਹੀ ਸੀ ਵੀ ਉਹਨਾਂ ਕੋਲ ਜਾ ਕੇ ਆਵਾਂ ਹਾਂਜੀ ਹਾਂਜੀ ਪਰ ਅੱਜ ਉਹਨਾਂ ਦਾ ਫੋਨ ਆ ਗਿਆ ਕੁਦਰਤੀ ਮੈਂ ਜਿੱਦਾਂ ਰੈਲੀ ਦੇ ਕੱਲ੍ਹ ਥੱਕੇ ਹੋ ਵੀ ਸੀ ਥੋੜ੍ਹਾ ਜਿਹਾ ਮੈਂ ਘਰ ਹੀ ਰਿਹਾ ਹਾਂਜੀ ਹਾਂਜੀ ਅਤੇ ਇਸ ਕਰਕੇ ਮੈਂ ਸੋਚਿਆ ਵੀ ਚਲੋ ਵੀ ਆਰਾਮ ਕਰ ਲਓ ਅੱਜ ਜਿੱਦਾਂ ਕਹਿ ਸਕਦੇ ਹਾਂ ਸੰਡੇ ਸੀਗਾ ਜੀ ਹਾਂ ਲਿਖਣ ਪੂੰਝਣ ਜਾ ਕੀਤਾ ਥੋੜ੍ਹਾ ਜਿਹਾ ਜੀ ਅਤੇ ਉਹਦੇ ਕਰਕੇ ਮੈਂ ਕਿਹਾ ਵੀ ਫਿਰ ਮੈਨੂੰ ਫੋਨ ਆ ਗਿਆ ਭਾਈ ਸਾਹਿਬ ਉਹਨਾਂ ਦਾ ਹਾਂਜੀ ਹਾਂਜੀ ਵੀ ਭਾਈ ਸਾਡੀ ਐਡ ਨਹੀਂ ਪਾਈ ਤੁਸੀਂ ਹਜੇ ਤੱਕ ਹੈ ਨਾ ਵੀ ਪ੍ਰੋਗਰਾਮ ਤੁਹਾਡੇ ਚੱਲਦੇ ਨੂੰ ਇੰਨੇ ਦਿਨ ਹੋ ਗਏ ਹਾਂਜੀ ਹਾਂਜੀ ਅਤੇ ਮੈਂ ਕਿਹਾ ਵੀ ਮੈਂ ਗਲਤੀ ਹੋ ਗਈ ਮਾਲੇ ਤਾਂ ਉਹਨਾਂ ਤੋਂ ਗਲਤੀ ਮੰਨ ਲਈ ਵੀ ਸਾਡੇ ਤੋਂ ਗਲਤੀ ਹੋ ਗਈ ਜਿਹੜਾ ਅਸੀਂ ਤੁਹਾਨੂੰ ਮਿਲੇ ਨਹੀਂ ਸੋਚਦਾ ਹੀ ਸੀ ਵੀ ਇੱਕ ਦੋ ਦਿਨਾਂ 'ਚ ਜਾਵਾਂ ਪਰ ਉਹਨਾਂ ਦਾ ਬਹੁਤ ਧੰਨਵਾਦ ਆ ਭਰਾਵਾਂ ਦਾ ਤੁਸੀਂ ਇੱਦਾਂ ਹੀ ਹੈ ਨਾ ਚੜ੍ਹਦੀ ਕਲਾ 'ਚ ਰਹੋ ਕਿਉਂਕਿ ਬਹੁਤ ਕੁਛ ਦਿੱਤਾ ਕਮਿਊਨਿਟੀ ਨੇ ਭਾਜੀ ਜਦ ਦੇ ਅਸੀਂ ਆਏ ਹਾਂ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਬਾਕੀ ਅਦਾਰਿਆਂ ਨਾਲ ਵੀ ਕੰਮ ਕਰੀ ਜਾਂਦੇ ਹਾਂ ਉਹਨਾਂ ਨਾਲ ਵੀ ਅਤੇ ਇੱਥੇ ਹੁਣ ਆਪਣਾ ਇਹ ਨਵਾਂ ਕੰਮ ਸ਼ੁਰੂ ਕੀਤਾ ਜਿਹੜਾ ਬੇਟੇ ਮੇਰੇ ਨੇ ਅਤੇ ਬੜਾ ਸਹਿਯੋਗ ਆ ਹਾਂਜੀ ਸਾਰਿਆਂ ਦਾ ਅਤੇ ਇਸ ਕਰਕੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਰੀ ਕਮਿਊਨਿਟੀ ਦਾ ਜਿੱਦਾਂ ਆਪਾਂ ਭਾਅ ਜੀ ਅਕਸਰ ਇਹ ਕਹਿੰਦਾ ਜੇ ਕੋਈ ਵੀ ਤੁਹਾਡਾ ਕੋਈ ਮੈਸੇਜ ਹੁੰਦਾ ਨਾ ਤੁਸੀਂ ਨਹੀਂ ਆ ਸਕਦੇ ਸਾਨੂੰ ਤੁਸੀਂ ਟੈਸਟ ਕਰਕੇ ਹਾਂਜੀ ਜਾਂ ਤੁਸੀਂ ਈਮੇਲ ਕਰਕੇ ਸਾਨੂੰ ਕਹਿ ਸਕਦੇ ਹਾਂ ਦੱਸ ਸਕਦੇ ਵੀ ਸਾਡਾ ਆਹ ਪ੍ਰੋਗਰਾਮ ਆ ਸਾਡੇ ਅਨਾਊਂਸਮੈਂਟ ਕਰ ਦਿਓ ਹਾਂਜੀ ਹਾਂਜੀ ਅਸੀਂ ਉਹ ਤੁਹਾਡੀ ਮਦਦ ਕਰਾਂਗੇ ਜਿੰਨੀ ਅਸੀਂ ਕਰ ਸਕਦੇ ਹੋਏ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜੀ ਕਿਉਂਕਿ ਕਮਿਊਨਿਟੀ ਦੇ ਵਿੱਚ ਛੋਟੇ ਛੋਟੇ ਪ੍ਰੋਗਰਾਮ ਤਾਂ ਹੁਣ ਹੁੰਦੇ ਵੀ ਰਹਿੰਦੇ ਆ ਵੀ ਚਲੋ ਗਿਣਤੀ ਦਾ ਹੈਗਾ ਪਰ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮੈਸੇਜ ਕਿਸੇ ਦਾ ਕਨਵੇ ਕਰਨਾ ਹੋਵੇ ਹਾਂਜੀ ਹਾਂਜੀ ਬਿਲਕੁਲ ਅਸੀਂ ਉਹਨਾਂ ਦੇ ਅਸੀਂ ਹਰ ਵੇਲੇ ਤੁਹਾਡੇ ਲਈ ਹਾਜ਼ਰ ਹਾਂ ਤਿਆਰ ਰਹਾਂਗੇ ਤੁਹਾਡੇ ਵਾਸਤੇ ਹਾਂਜੀ ਅਤੇ ਜਿੱਦਾਂ ਪਹਿਲਾਂ ਸਹਿਯੋਗ ਦਿੰਦੇ ਹਾਂ ਇੱਦਾਂ ਹੀ ਸਾਨੂੰ ਸਹਿਯੋਗ ਵੀ ਦਿੰਦੇ ਰਹੋ ਕਈ ਵਾਰੀ ਅਸੀਂ ਗਲਤੀਆਂ ਕਰ ਵੀ ਸਕਦੇ ਹਾਂ ਬੋਲਦੇ ਕੋਈ ਲਫ਼ਜ਼ ਵੀ ਅੱਗੇ ਪਿੱਛੇ ਹੋ ਸਕਦੇ ਆ ਜੀ ਬਿਲਕੁਲ ਉਹਨਾਂ ਨਾਲ ਉਹਦੇ ਲਈ ਵੀ ਅਸੀਂ ਤੁਹਾਡੇ ਤੋਂ ਵੀ ਮਾਫ਼ੀ ਚਾਹਵਾਂਗੇ ਪਹਿਲਾਂ ਹੀ ਕਿਉਂਕਿ ਅਸੀਂ ਐਡੇ ਗੁਣੀ ਗਿਆਨੀ ਤਾਂ ਹੈ ਨਹੀਂ ਹਾਂਜੀ ਜੇ ਅਸੀਂ ਬਹੁਤ ਪ੍ਰਪੇਅਰ ਹਾਂ ਵੀ ਅਸੀਂ ਬਾਹਲਾ ਹੋ ਸਕਦਾ ਕਈ ਵਾਰੀ ਸ਼ਬਦ ਇੱਦਾਂ ਹੁੰਦੇ ਵੀ ਅੱਗੇ ਪਿੱਛੇ ਹੋ ਜਾਂਦੇ ਆ ਬੋਲਦਿਆਂ ਦੇ ਉਹਨਾਂ ਦੀ ਗੱਲ ਕਰਦੇ ਹਾਂ ਅਤੇ ਲਈਏ ਆ ਗਿਆ ਜੀ ਫਿਰ ਬਿਲਕੁਲ ਜੀ ਬਿਲਕੁਲ ਜਿੱਦਾਂ ਅਖੀਰ ਵਿੱਚ ਸਾਰਿਆਂ ਨੂੰ ਬੇਨਤੀ ਕਰੀਦੀ ਆ ਵੀ ਖੁਸ਼ ਰਿਹਾ ਕਰੋ ਅਤੇ ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਇਹਦੇ ਨਾਲ ਹੀ ਸਾਨੂੰ ਪ੍ਰੋਗਰਾਮ ਜਿਹੜਾ ਸਮਾਪਤ ਕਰਨ ਦੀ ਆਗਿਆ ਦਿਓ ਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ